ਆਪਣੀਆਂ ਜਿਹੜੀਆਂ ਟਰਕਿੰਗ ਕੰਪਨੀਆਂ ਨੇ ਸਪੈਸ਼ਲੀ ਜਿਨ੍ਹਾਂ ਨਾਲ ਆਪਣੇ ਲੋਕਾਂ ਦਾ ਵਾਹ ਪੈਂਦਾ ਜੀ ਉਹਨਾਂ ਚ ਕਿੰਨੀਆਂ ਖੋਣਗੀਆਂ ਕਿੰਨੇ ਕ ਪਰਸੈਂਟ ਹੋਣਗੀਆਂ ਜਿਨ੍ਹਾਂ ਦੇ ਸਿਸਟਮ ਇਨ ਪਲੇਸ ਹੈ ਸੇਫਟੀ ਐਂਡ ਕੰਪਲਾਈਂਸ ਦਾ ਜੋ ਵੀ ਜੋ ਵੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਪੂਰਾ ਕਰਨਗੇ ਯਾਰੀ ਇਹ yellow ਕਲਰ ਦੇ ਸਾਈਨ ਦਾ ਤੋ ਹੁੰਦੇ ਨੇ ਵਾਈ ਨਾਟ ਵਾਈਟ ਵਾ ਯੈਲੋ ਉਹ ਕਹਿੰਦੇ ਉਹ yellow ਰੰਗ ਦਾ ਸਾਈਨ ਹੁੰਦਾ ਤੇ ਉਹ yellow ਤੇ ਉਹ ਹੁੰਦੇ ਨੇ ਹੁਣ ਇਹ ਛੋਟਾ ਜਿਹਾ ਜਿਹੜੀ ਚੀਜ਼ ਹੈ ਜਿਹੜੀ ਮੈਂ ਤਨੋਜ ਨੂੰ ਮਿਲ ਜੇ ਤੇ ਦੱਸਾਂ ਕਿ yellow ਸਾਈਨ ਹੈ ਕਿ ਆਪ ਕੀ ਅਪਕਮਿੰਗ ਕੀ ਹੈ ਅਦੋਂ ਅੱਗੇ ਕੀ ਆ ਰਿਹਾ ਜੇ yellow ਦਾ ਮਤਲਬ ਹੈ ਕਿ ਅੱਗੇ ਆ ਰਿਹਾ ਹੈ ਕਿ ਰੈਗੂਲੇਸ਼ਨ ਇਥੋਂ ਨਹੀਂ ਅਪਲਾਈ ਹੁੰਦੀ ਤੇ ਅੱਗੇ ਤੋਂ ਹੋਣ ਜਾ ਰਹੀ ਹੈ 200 ਮੀਟਰ ਤੋਂ ਤੇ ਜੋ ਨੈਰੋ ਬ੍ਰਿਜ ਹੈ ਜਾਂ ਕੋਈ ਟਰਨ ਹੈ ਜਾਂ ਕੁਝ ਵੀ ਹੈ ਹੁਣ ਇਹ ਜਾਣਕਾਰੀ ਜੇਕਰ ਉਹਦੀ ਭਤੀਜੀ ਕੋਲੇ ਆ ਪਾਂਜੀ ਕੋਲੇ ਆ ਡਰਾਈਵਰ ਕੋਲ ਨਹੀਂ ਹੈ ਤਾਂ ਉਹਦੀ ਭਤੀਜੀ ਜਾਂ ਪਾਂਜੀ ਨੇ ਤਾਂ ਟਰੱਕ ਚਲਾਣਾ ਨਹੀਂ ਟਰੱਕ ਤਾਂ ਡਰਾਈਵਰ ਨੇ ਚਲਾਣਾ ਹੈ ਅੱਛਾ ਫਿਰ ਮੈਂ ਇਹ ਸਮਝਦਾ ਕਿ ਜੇ ਨਹੀਂ ਕੰਪਲਾਈਂਸ ਤੇ ਸੇਫਟੀ ਦੇ ਰੂਲਸ ਫਾਲੋ ਕਰਦੀਆਂ ਕੰਪਨੀਆਂ ਦੋ ਹੀ ਕਾਰਨ ਸਮਝਾਉਂਦੇ ਨੇ ਜਾਂ ਤਾਂ ਇਹ ਖਰਚਾ ਬਚਾਉਂਦੇ ਨੇ ਜੀ ਤੇ জাফর ਨੂੰ ਪਤਾ ਹੀ ਨਹੀਂ ਹੈ ਗੱਲਬਾਤ ਵਿੱਚ ਸਾਡੇ ਨਾਲ ਇਸ ਵੇਲੇ ਬੋਵਨ ਕਲੇਅਰ ਨੇ ਜਿਹੜੇ ਕਿ ਸੇਫਟੀ ਐਂਡ ਕੰਪਲਾਈਅੰਸ ਦੇ ਸੈਕਟਰ ਨਾਲ ਜੁੜੇ ਹੋਏ ਨੇ ਇਸ ਦੇ ਐਕਸਪਰਟ ਨੇ ਇਹਦੇ ਬਾਰੇ ਗੱਲਬਾਤ ਕਰਦੇ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਆ ਬੋਵਨ ਜੀ ਕੀ ਹਾਲ ਚਾਲ ਤੁਹਾਡੇ ਬਹੁਤ ਅੱਛੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਤੁਹਾਡਾ ਤੁਸੀਂ ਆਇਓ ਪਹਿਲਾਂ ਤੇ ਤੁਸੀਂ ਕਿਉਂਕਿ ਜੁੜੇ ਹੋਏ ਹੋ ਇਸ ਇਸ ਨਾਲ ਜੀ ਤੇ ਕਾਫੀ ਜਿਆਦਾ ਲੋਕਾਂ ਗੱਲੀ ਕਰਦੇ ਨੇ ਤੇ ਕਿੰਨੇ ਕ ਪਰਸੈਂਟ ਹੋਣਗੇ ਜਿਹੜੇ ਗੱਡੀਆਂ ਸੇਫਟੀ ਐਂਡ ਕੰਪਲਾਈਂਸ ਦੀਆਂ ਜਿਹੜੇ ਰੂਲਸ ਨੇ ਉਹਨਾਂ ਨੂੰ ਫਾਲੋ ਨਹੀਂ ਕਰ ਰਹੇ ਆ ਸੇਫਟੀ ਐਂਡ ਕੰਪਲਾਈਂਸ ਜਿਹੜਾ ਬੇਸਿਕਲੀ ਜੁੜਿਆ ਹੋਇਆ ਹੈ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਨਾਲ ਟਰੱਕਿੰਗ ਦੇ ਨਾਲ ਆਰ ਡਾਊਨ ધ ਲਾਈਨ ਤੇ ਸਾਰਿਆਂ ਗੱਦੀਆਂ ਦੇ ਨਾਲ ਤੁਸੀਂ ਕਹ ਲਓ ਕਿਉਂਕਿ ਰੋਡ ਸਾਈਡ ਸੇਫਟੀ ਰੋਡ ਸਾਈਡ ਕਲਚਰ ਸੇਫਟੀ ਕਲਚਰ ਹੈ ਤੇ ਸਾਰਿਆਂ ਨੂੰ ਆਪਣਾ ਇਨਪੁਟ ਦੇਣਾ ਹੁੰਦਾ ਉਹਦੇ ਵਿੱਚ ਲੇਕਿਨ ਪਰਸੇ ਜਦੋਂ ਆਪਾਂ ਕਹਿੰਦੇ ਆ ਕੰਪਲਾਈਂਸ ਤੋਂ ਟਰੱਕਿੰਗ ਇੰਡਸਟਰੀ ਜਿਹੜੀ ਇਹਨਾਂ ਡਾਇਰੈਕਟਲੀ ਕਨੈਕਟਡ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਜਾਂ ਤਾਂ ਇਗਨੋਰਡ ਕਰ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਉਹਨਾਂ ਨੂੰ ਜਿਹੜੇ ਕਹੋ এমਪਲॉयर्स ਨੇ ਜਾਂ ਫਿਰ ਜਿਹੜੇ EMPLOYEES ਨੇ ਉਹਨਾਂ ਨੂੰ ਉਸਤੇ ਬਾਰੇ क्लैरिटी ਨਹੀਂ ਹੁੰਦੀ ਇਹ ਰੈਗੂਲੇਸ਼ਨ ਦੇ ਬਾਰੇ ਕਲੀਅਰ ਪਤਾ ਨਹੀਂ ਹੁੰਦਾ ਤੇ ਉਹਨਾਂ ਦੇ ਲਈ ਸਿਰਫ ਜਿਵੇਂ ਕਹਿੰਦੇ ਨੇ ਸਟੇਰਿੰਗ ਕਮਾਉਣਾ ਹੁੰਦਾ ਤਾਂ ਸਟੇਰਿੰਗ ਕਮਾਈ ਜਾਂਦੇ ਨੇ ਬਟ ਡਾਊਨ ધ ਲਾਈਨ ਉਹਦੇ ਟ੍ਰਿਕਲ ਡਾਊਨ ਇਫੈਕਟ ਜਿਹੜੇ ਨੇ ਬੜੇ ਬੁਰੇ ਨਿਕਲਦੇ ਨੇ ਜਿਹੜੇ ਕਿ ਆਡਿਟ ਚ ਸਾਹਮਣੇ ਆਉਂਦੇ ਨੇ ਬਾਅਦ ਆ ਕਿ ਸੇਫਟੀ ਐਂਡ ਕੰਪਲਾਈਂਸ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਟਾਪਿਕ ਹੈ ਬਿਲਕੁਲ ਉਹਦੇ ਚ ਛੋਟੀ ਚੀਜ਼ ਵੀ ਹੈ ਵੱਡੀ ਚੀਜ਼ ਵੀ ਹੋਏਗੀ ਜੀ ਤੇ ਛੋਟੀ ਗਲਤੀ ਵੀ ਵੈਸੇ ਵੱਡੀ ਹੋ ਸਕਦੀ ਹੈ ਬਹੁਤ ਵੱਡੀ ਹੋ ਸਕਦੀ ਹੈ ਤੇ ਉਂਝ ਜਿਹੜਾ ਤੁਸੀਂ ਅਬਜ਼ਰਵ ਕੀਤਾ ਆਪਣੇ ਐਕਸਪੀਰੀਅੰਸ ਚੋਂ ਜੀ ਅ ਕਿਸ ਤਰ੍ਹਾਂ ਦੀਆਂ ਜਾਦਾ ਅੰਗਲੀਆਂ ਨੇ ਆ ਦੇਖੋ ਜੀ ਜੋ ਸੇਫਟੀ ਐਂਡ ਕੰਪਲਾਈਂਸ ਦਾ ਜੇ ਪਰ ਥੋੜੀ ਸ਼ਬਦਾਂ ਚ ਨੂੰ ਕਹੜੀਏ ਤੇ ਇਹ ਇੱਕ ਡਿਊ ਡਿਲੀਜੈਂਸ ਹੈ ਜਿਹ ਜਿਸ ਨੂੰ ਕੰਫਿਊਜ਼ ਸਿਕਿਉਰਟੀ ਦੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ ਔਰ ਨਾਲ ਜੋ ਕੰਪਲਾਈਂਸ ਸ਼ਬਦ ਹੈ ਕੰਪਲਾਈਂਸ ਸ਼ਬਦਾਂ ਦਾ ਜੀ ਕਿ ਜਦੋਂ ਜਿਹੜੇ ਕਾਮਨ ਮਾਸ ਹੈ ਫੋਕਸ ਨੇ ਸਪੈਸ਼ਲ ਡਰਾਈਵਰਸ ਨੇ ਉਹ ਆਪਣੇ ਕੰਪਲਾਈਂਟ ਕਰਦੇ ਨੇ ਰੈਗੂਲੇਸ਼ਨ ਦੇ ਨਾਲ ਲਾਅ ਦੇ ਨਾਲ ਲੈਜਿਸਲੇਸ਼ਨ ਦੇ ਨਾਲ ਕਿਉਂਕਿ ਉਹ ਸਿੱਧਾ ਲਾਅ ਨੂੰ ਨਹੀਂ ਜਾਣਦੇ ਹੁੰਦੇ ਲੈਜਿਸਲੇਸ਼ਨ ਰੈਗੂਲੇਸ਼ਨਸ ਬਣਦੇ ਨੇ ਰੈਗੂਲੇਸ਼ਨਸ ਨੂੰ ਤੇ ਉੱਪਰ ਆਧਾਰਿਤ ਟਰਕਿੰਗ ਕੰਪਨੀ ਨੂੰ ਪਾਲਿਸੀਜ਼ ਬਣਾਉਣੀਆਂ ਪੈਂਦੀਆਂ ਨੇ ਔਰ ਉਹਨਾਂ ਪਾਲਿਸੀਜ਼ ਨੂੰ ਫੋਲੋ ਕਰਨ ਲਈ ਪ੍ਰੋਸੀਜਰਸ ਬਣਾਉਣੇ ਪੈਂਦੇ ਨੇ ਔਰ ਪ੍ਰਸੀਜ਼ਰ ਜੇਕਰ ਡਰਾਈਵਰਸ ਦਾ ਅਕਨਈ ਪ੍ਰੋਪਰਲੀ ਪਹੁੰਚ ਦੇ ਜਾ ਉਹਨਾਂ ਨੂੰ ਨਹੀਂ ਪਤਾ ਹੁੰਦੇ ਤਾਂ ਬਹੁਤ ਸਾਰੀਆਂ ਗਲਤੀਆਂ ਐਹੋ ਜਿਹੀਆਂ ਕਰ ਲੈਂਦੇ ਨੇ ਜੋ ਬਹੁਤ ਛੋਟੀਆਂ ਲੱਗਦੀਆਂ ਨੇ ਦੇਖਣ ਦੇ ਵਿੱਚ ਲੇਕਿਨ ਉਹਨਾਂ ਦੇ ਗੈਨ ਟ੍ਰਿਕਲ ਡਾਊਨ ਇਫੈਕਟ ਬਹੁਤ ਵੱਡੇ ਹੁੰਦੇ ਨੇ ਜਿਹਦੇ ਵਿੱਚ ਮੈਂ ਕਹਾਂ ਕਿ ਪ੍ਰੀ ਟਿਪ ਇਨਸਪੈਕਸ਼ਨ ਹੈ ਜੇਕਰ ਤੁਸੀਂ ਟਾਇਰਾਂ ਦੀ ਬ੍ਰੇਕ ਲਾਈਟ ਟਾਇਰਸ BLT ਜੇ ਇਹ ਤਿੰਨ ਚੀਜ਼ਾਂ ਤੁਸੀਂ ਸਹੀ ਤਰ੍ਹਾਂ ਚੈੱਕ ਨਹੀਂ ਕੀਤੀਆਂ ਤੇ ਇਹ ਇੱਕ ਵੱਡੇ ਹਾਸੇ ਦਾ ਕਾਰਨ ਮੈਂ ਮੈਂ ਦੂਜੀ ਵਾਰ ਸੇ ਤੋਂ ਪੁੱਛਦਾ ਗਾਲ ਆਪਣੀਆਂ ਜਿਹੜੀਆਂ ਟਰਕਿੰਗ ਕੰਪਨੀਆਂਜ਼ ਨੇ ਸਪੈਸ਼ਲੀ ਜਿਨ੍ਹਾਂ ਨਾਲ ਆਪਣੇ ਲੋਕਾਂ ਦਾ ਵਾਹ ਪੈਂਦਾ ਜੀ ਉਹਨਾਂ ਚ ਕਿੰਨੀਆਂ ਖੋਣਗੀਆਂ ਕਿੰਨੇ ਕ ਪਰਸੈਂਟ ਹੋਣਗੀਆਂ ਜਿਨ੍ਹਾਂ ਦੇ ਸਿਸਟਮ ਇਨ ਪਲੇਸ ਹੈ ਸੇਫਟੀ ਐਂਡ ਕੰਪਲਾਈਂਸ ਦਾ ਜੋ ਵੀ ਜੋ ਵੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਪੂਰਾ ਕਰਨ ਲਈ ਆ ਜੇਕਰ 100% ਕਰ ਲਈਏ ਤਾਂ ਮੈਂ ਨਹੀਂ ਦੇਖਿਆ ਕਿਤੇ ਵੀ ਜਿੱਥੇ 100% ਇਹ ਚੀਜ਼ਾਂ ਫਾਲੋ ਹੋਣ ਦੀ ਹੋਣ ਔਰ ਬਹੁਤ ਘੱਟ ਜਿਵੇਂ ਕਹ ਲੋ ਕਿ ਇੱਕ ਇੱਕ ਆંકੜੇ ਦੇ ਵਿੱਚ ਇਦਾਂ ਦੀਆਂ ਕੰਪਨੀਆਂ ਹੋਣੀਆਂ ਜਿਹੜੀਆਂ ਕਿ ਬਹੁਤ ਅੱਛੇ ਤਰੀਕੇ ਨਾਲ ਸੇਫਟੀ ਐਂਡ ਕੰਪਲਾਈਂਸ ਨੂੰ ਮੈਂ 9 ਤੱਕ ਜਾਊਂਗਾ 1 ਤੋਂ 9 ਤੱਕ ਇੱਕ ਸਿੰਗਲ ਆંકੜੇ ਦੇ ਵਿੱਚ ਰਹੇਗਾ ਦੋ ਆંકੜੇ ਦੇ ਵਿੱਚ ਨਹੀਂ ਜਾਏਗਾ ਜਿਹੜੇ ਕਿ 100% ਉਹਦੀਆਂ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਨੇ ਅੱਛਾ ਜੀ ਤੇ ਫਿਰ ਜਿਹੜਾ ਇਨਫੋਰਸਮੈਂਟ ਹੈ ਜਿਹੜੀ ਮਿਨਿਸਟਰੀ ਹੈ ਉਹ ਨਹੀਂ ਕਾਰਵਾਈ ਕਰਦੀ ਇਨਫੋਰਸਮੈਂਟ ਦੇਖੋ ਜੀ ਲੱਗੀ ਹੋਈ ਹੈ ਜਿਹੜੀ ਰੇਸ਼ਿਓ ਹੈ ਇਨਫੋਰਸਮੈਂਟ ਵਰਸਸ ਤੁਸੀਂ ਕਹ ਲੋ ਕਿ ਟਰਾਂਸਪੋਰਟੇਸ਼ਨ ਦੇ ਕਹ ਲੋ ਟਰੱਕਸ ਨੇ ਡਰਾਈਵਰਸ ਨੇ ਉਹ ਬਹੁਤ ਜ਼ਿਆਦਾ ਹੈ ਉਹਦੇ ਉੱਪਰ ਜਿੱਦਾਂ ਕਿ ਕਹ ਲੋ ਕਿ ਇੱਕ ਡਾਕਟਰ ਹੈ ਤੇ 200 ਮਰੀਜ਼ ਨੇ ਜਾਂ 500 ਮਰੀਜ਼ ਨੇ ਤਾਂ ਜਿੰਨਾ ਉਹ ਕਰ ਸਕਦੇ ਨੇ ਆਪਣੇ ਵੱਲੋਂ ਕਰ ਰਹੇ ਨੇ ਔਰ ਪਰ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਟਿਕਟਸ ਮਿਲਦੀਆਂ ਨੇ ਟਿਕਟਸ ਦੇ ਉੱਤੇ ਬਾਅਦ ਵਿੱਚ ਆਪਾਂ ਦੇਖਦੇ ਨੇ ਪੈਰਾਲੀਗਲ ਬੈਠੇ ਹੋਏ ਨੇ ਲਾਇਰ ਬੈਠੇ ਹੋਏ ਨੇ ਉਹ ਐਡਾ ਵੱਡਾ ਬਿਜ਼ਨਸ ਬਣਨ ਦਾ ਕਾਰਨ ਕੀ ਹੈ ਕਿ ਕਿੰਨੇ ਕਿੰਨੇ ਕੁਤਾਈ ਜਿਹੜੀ ਹੋ ਰਹੀ ਹੈ ਨਹੀਂ ਮਤ ਤੁਸੀਂ ਇਹ ਮੰਨਦੇ ਹੋ ਕਿ ਜਿਹੜੇ ਐਕਸੀਡੈਂਟਸ ਹੋ ਰਹੇ ਨੇ ਕ੍ਰੈਸ਼ ਹੋ ਰਹੇ ਨੇ ਉਹਨਾਂ ਦੇ ਵਿੱਚ ਇਸ ਚੀਜ਼ ਦਾ ਵੀ ਵੱਡਾ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਦਾ ਆ ਐਕਸੀਡੈਂਟ ਨੂੰ ਇੱਕ ਐਕਸਪਰਟ ਦੇ 10 ਪੁਆਇੰਟ ਤੋਂ ਬਾਰੇ ਕੀਤੇ ਐਕਸੀਡੈਂਟ ਦੇ ਜਿਹੜੇ ਦੋ ਵੱਡੇ ਕਾਰਨ ਹੁੰਦੇ ਨੇ ਉਹ ਉਹਦੇ ਵਿੱਚ ਕਹਿ ਲਓ ਕਿ ਇੱਕ ਤਾਂ ਫਿਜ਼ੀਕਲ ਕਾਰਨ ਹੁੰਦੇ ਨੇ ਜੀ ਇੱਕ ਉਹਦੇ ਪਿੱਛੇ ਲੌਜੀਕਲ ਪਲੱਸ ਸਾਈਕਲੋਜੀਕਲ ਕਾਰਨ ਹੁੰਦੇ ਨੇ ਫਿਜ਼ੀਕਲ ਕਾਰਨਾਂ ਦੇ ਵਿੱਚ ਜਿਵੇਂ ਕਹ ਲੋ ਕਿ ਟਰੱਕ ਜਾਂ ਟ੍ਰੇਲਰ ਦੀ ਜਿਹੜੀ ਹੈਲਥ ਹੁੰਦੀ ਅੱਛੀ ਨਹੀਂ ਹੈ ਜਿਹੜੇ ਕਿ ਇੰਡਸਟਰੀ ਸਟੈਂਡਰਡਸ ਨੂੰ ਮੀਟ ਕਰਦੀ ਹੋਵੇ ਆਮ ਸਾਈਕੋਲੋਜੀਕਲ ਸਾਈਡ ਤੋਂ ਦੇਖਿਆ ਜਾਏ ਕਿ ਡਰਾਈਵਰ ਦੀ ਮਾਨਸਿਕ ਸਥਿਤੀ ਕਿਦਾਂ ਦੀ ਹੈ ਆ ਉਹ ਨੂੰ ਪ੍ਰੋਪਰ ਟਾਈਮ ਤੇ ਪੇ ਮਿਲੀ ਹੋਈ ਹੈ ਉਹ ਵੈਲ ਰੈਸਟਡ ਹੈ ਸਹੀ ਆਰਾਮ ਕਰਕੇ ਤੁਰਿਆ ਹੈ ਆ ਉਸ ਸਰਵਿਸ ਨੂੰ ਫੋਲੋ ਕਰ ਰਿਹਾ ਹੈ ਇਹਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਕಾಗ್ਨੀਟਿਵ ਲੋਡ ਕਿ ਯਾਦਾਂ ਦਾ ਲੋਡ ਯਕੈਲੋ ਕੀ ਦਿਮਾਗ ਦੇ ਉੱਤੇ ਪਿਆ ਹੋਇਆ ਜਿਹੜਾ ਇੱਕ ਇਨ ਟਾਈਮ ਪ੍ਰੈਸ਼ਰ ਹੈ ਉਹ ਕਿੰਨਾ ਹੈ ਜੇਕਰ ਇਹ ਚੀਜ਼ਾਂ ਪ੍ਰੋਪਰਲੀ ਅਲਾਈਨ ਨਹੀਂ ਹੁੰਦੀਆਂ ਤੇ ਬਹੁਤ ਜ਼ਿਆਦਾ ਚਾਂਸਸ ਵੱਧ ਜਾਂਦੇ ਨੇ ਕਿ ਜਿਹੜਾ ਐਕਸੀਡੈਂਟ ਆਪਾਂ ਦੇਖਦੇ ਹੁੰਦੇ ਆ ਅੱਛਾ ਫਿਰ ਮੈਂ ਸਮਝਦਾ ਕਿ ਜੇ ਨਹੀਂ ਕੰਪਲਾਈਂਸ ਤੇ ਸੇਫਟੀ ਦੇ ਰੂਲਸ ਫਾਲੋ ਕਰਦੀਆਂ ਕੰਪਨੀਆਂ ਦੋ ਹੀ ਕਾਰਨ ਸਮਝਾਉਂਦੇ ਨੇ ਜੀ ਜਾਂ ਤਾਂ ਇਹ ਖਰਚਾ ਬਚਾਉਂਦੇ ਨੇ ਜੀ ਤੇ ਜਾਂ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਪਹਿਲਾਂ ਤੁਸੀਂ ਬਵਨ ਇਹ ਥੋੜਾ ਜਿਹਾ ਦੱਸੋ ਕਿ ਜਦੋਂ ਆਪਾਂ ਸੇਫਟੀ ਐਂਡ ਕੰਪਲਾਈਂਸ ਕਹਿੰਦੇ ਆ ਜੀ ਉਹਦੇ ਰੂਲਸ ਨੇ ਉਹਦੇ ਬਾਰੇ ਕੰਪਨੀਆਂ ਤੋਂ ਮੰਨ ਲੈ ਟ੍ਰਕਿੰਗ ਕੰਪਨੀਆਂ ਜਿਹਨੇ ਸਾਨੂੰ ਸੌਖਾ ਸਮਝ ਆ ਜਾਂਦਾ ਕੀ ਐਕਸਪੈਕਟ ਕੀਤਾ ਜਾਂਦਾ ਕੀ ਕਰਨ ਉਹ ਠੀਕ ਹੈ ਜੀ ਦੇਖੋ ਸੇਫਟੀ ਇਜ਼ एवरीवनਸ ਰਿਸਪੋਨਸਿਬਿਲਟੀ ਇਹ ਸਿਰਫ ਡਰਾਈਵਰ ਦੇ ਉੱਪਰ ਨਹੀਂ ਹੁੰਦਾ ਕਿ ਡਰਾਈਵਰ ਨੇ ਇਹਨਾਂ ਚੀਜ਼ਾਂ ਦਾ ਤਿਆਰ ਰੱਖਣਾ ਹੈ ਇੱਕ ਲੇਡ ਆਊਟ ਵੇਜ਼ ਦੇ ਮਿਨਿਸਟਰ ਆਫ ਟ੍ਰਾਂਸਪੋਰਟੇਸ਼ਨ ਦੇ ਨੇ ਫੈਡਰਲ ਬਿਊਰੋ ਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਡਰਾਈਵਰ ਚੁਣਨਾ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਰੇਸ਼ਨ ਨੂੰ ਆਪਣੇ ਨੂੰ ਕਹੋ ਐਗਜ਼ੀਕਿਊਟ ਕਰਨਾ ਹੈ ਤਾਂ ਜਦੋਂ ਡਰਾਈਵਰਸ ਆਉਂਦੇ ਨੇ ਹੈਲਾ ਉਹਨਾਂ ਦੀ ਓਰੀਐਂਟੇਸ਼ਨ ਹੋਣੀ ਚਾਹੀਦੀ ਹੈ ਪ੍ਰੋਪਰ ਓਰੀਐਂਟੇਸ਼ਨ ਕਿ ਸਿਸਟਮ ਸਾਡੇ ਇੱਥੇ ਕਿਦਾਂ ਕੰਮ ਕਰਦਾ ਹੈ ਓਰੀਐਂਟੇਸ਼ਨ ਦੇ ਵਿੱਚ ਇਹ ਟ੍ਰੇਨਿੰਗ ਨਹੀਂ ਹੁੰਦੀ ਇਹਨੂੰ ਟ੍ਰੇਨਿੰਗ ਨਾਲ ਕਨਫਿਊਜ਼ ਨਹੀਂ ਕੀਤਾ ਜਾਣਾ ਚਾਹੀਦਾ ਕਈ ਵਾਰ ਇਸ ਨੂੰ ਟ੍ਰੇਨਿੰਗ ਟ੍ਰੇਨਿੰਗ ਦਾ ਡਰਾਈਵਰ ਨੂੰ ਹੈ ਪਹਿਲਾਂ ਹੀ ਤੋਂ ਪਤਾ ਹੈ ਟਰੱਕ ਚਲਾਉਣ ਦਾ ਤਾਂ ਓਰੀਐਂਟੇਸ਼ਨ ਇਹ ਹੈ ਕਿ ਸਾਡੇ ਕੰਮ ਕਿਸ ਤਰ੍ਹਾਂ ਹੁੰਦਾ ਸਾਡੀ ਕੰਪਨੀ ਵਿੱਚ ਕਿਸ ਤਰ੍ਹਾਂ ਹੁੰਦਾ ਤੁਸੀਂ ਕਾਗਜ਼ ਕਿੱਥੋਂ ਲੈਣੇ ਨੇ ਕਾਗਜ਼ ਕਿੱਥੇ ਦੇਣੇ ਨੇ ਕਿੱਥੇ ਤੁਸੀਂ ਕਾਲ ਕਰਨੀ ਹੈ ਕਿੱਥੋਂ ਰਿਸੀਵ ਕਰਨੀ ਹੈ ਤਾਂ ਕਿ ਕಾಗ್ਨੀਟਿਵ ਲੋਡ ਜਿਹੜਾ ਹੈ ਡਰਾਈਵਰ ਦੇ ਦਿਮਾਗ ਦੇ ਉੱਤੇ ਉਹ ਚੱਕ ਕੀ ਕਰਦੇ ਨੇ ਉਹ ਪੈਸੇ ਬਚਾਣ ਲਈ ਜਾਂ ਕਹਿ ਲੋ ਕਿ ਉਹ ਗੋਗੋ ਵਾਲਾ ਜਿਹੜਾ ਕਲਚਰ ਹੁੰਦਾ ਉਹ ਮੇਨਟੇਨ ਆਪਦਾ ਕਰਨ ਵਾਸਤੇ ਉਹ ਕੀ ਕਰਦੇ ਨੇ ਉਹ ਬਾਈਪਾਸ ਕਰ ਦਿੰਦੇ ਨੇ ਉਹ ਕੋਈ ਗੱਲ ਨਹੀਂ ਬਾਅਦ ਦੇ ਵਿੱਚ ਆਪਾਂ ਦੇਖ ਲਾਂਗੇ ਜੀ ਔਰੀਐਂਟੇਸ਼ਨ ਬਾਅਦ ਵਿੱਚ ਕਰਾ ਲਾਂਗੇ ਬਸ ਤੂੰ ਗੇੜਾ ਲਾ ਕੇ ਆ ਪਹਿਲਾਂ ਅਪਰ ਤੂੰ ਗੇੜਾ ਲਾਇਆ ਆ ਆਪਾਂ ਦੇਖ ਲਾਂਗੇ ਕਰ ਲਾਂਗੇ ਕੁਛ ਨਾ ਕੁਛ ਲਾਈਕ ਦਾ ਥੋੜਾ ਇਹਦੇ ਵਿੱਚ ਮੈਂ ਇੱਕ ਛੋਟਾ ਜਿਹਾ بڑا ਆਈ ਓਪਨਰ ਮੈਂ ਸਾਰੇ ਆਪਣੇ ਸੰਜਣਾ ਨਾ ਸਾਂਝਾ ਕਰਨਾ ਚਾਹੁੰਦਾ ਕਿ ਆਪਣੇ ਇੱਕ ਬਹੁਤ ਵੱਡੀ ਕੰਪਨੀ ਹੈ ਜਿਹੜੀ ਚੈਲੈਂਜਰ ਹੈ ਚੈਲੰਜਰ ਮੋਟਰ ਫਰੇਟ ਉਹ ਉਹਨਾਂ ਨੇ ਦੇ ਡਰਾਈਵਰ ਨੇ ਇੱਕ ਐਕਸੀਡੈਂਟ ਕੀਤਾ ਸੀਗਾ ਸਟਰਲਿੰਗ ਹਾਈਟਸ ਜਿਹੜਾ ਕਿ ਇੱਕ ਸਬਰਬਨ ایرিয়া ਹੈ ਡੈਟਰਾਇਟ ਦਾ ਉੱਥੇ ਉਹਨਾਂ ਦੇ ਡਰਾਈਵਰ ਨੇ 2018 ਦੇ ਵਿੱਚ ਇੱਕ بیسਬਾਲ ਪਲੇਅਰ ਔਰ ਉਹਦੇ ਡੈਡ ਜਿਹੜੇ ਫਾਦਰ ਸਾਹਿਬ ਸੀਗੇ ਉਹ ਐਕਸੀਡੈਂਟ ਦੇ ਵਿੱਚ ਉਹਨਾਂ ਦੇ ਉਹ ਮਰ ਗਏ ਸੀ ਉਹਨਾਂ ਨੇ ਮਾਰ ਦਿੱਤੇ ਸੀਗਾ ਐਕਸੀਡੈਂਟ ਦੇ ਵਿੱਚ ਉਸ ਦਾ ਜਿਹੜਾ ਫੈਸਲਾ ਹੈ ਉਹਦਾ ਵਰਡਿਕਟ 2023 ਦੇ ਵਿੱਚ ਆਇਆ ਤੇ 96 ਮਿਲੀਅਨ ਡਾਲਰਸ ਦਾ ਜਿਹੜਾ ਕਲੇਮ ਹੈ ਜਿਹੜਾ ਕਹਿੰਦੇ ਆ ਅਵਾਰਡ ਹੈ ਉਹਨੂੰ ਜੱਜ ਜੂਰੀ ਨੇ ਕਹਿ ਦਿੱਤਾ ਕਿ ਦੋ ਪਾਈਏ ਨੂੰ ਉਹਨੂੰ ਇੰਸ਼ੋਰੈਂਸ ਕਿੱਦਾਂ ਕਰੇਗੀ ਉਹ ਹਾਰਡ ਕੋਡਡ ਡੀਟੇਲਸ ਨੇ ਆਪਾਂ ਜ਼ਿਆਦਾ ਉਹਦੇ ਬਾਰੇ ਨਹੀਂ ਕਰ ਸਕਦੇ ਲੇਕਿਨ 96 ਮਿਲੀਅਨ ਡਾਲਰਸ ਦਾ ਜਿਹੜਾ ਉਹਨਾਂ ਨੇ ਕਲੇਮ ਉਹਦੇ ਉੱਪਰ ਪਾਇਆ ਹੁਣ ਤੁਸੀਂ ਇੱਕ ਇਹ ਦੇਖ ਲਓ ਕਿ ਚੈਲੈਂਜਰ ਮੋਟਰ ਫਰੇਟ ਵਾਲਿਆਂ ਦੀ ਡਿਊ ਡਿਲੀਜੈਂਸ ਜਿਹੜੀ ਹੈ ਸਭ ਤੋਂ ਵੱਡਾ ਸ਼ਬਦ ਜਿਹਨੂੰ ਮੈਂ ਸੇਫਟੀ ਡਿਲੀਜੈਂਸ ਨਹੀਂ ਕਹਿੰਦਾ ਉਹ ਕਿੰਨੀ ਹੋਏਗੀ ਕਿੰਨੀ ਉਹੋ ਟ੍ਰੇਨਿੰਗ ਜਾਂ ਕਿੰਨੀ ਔਰੀਐਂਟੇਸ਼ਨ ਉਹਨਾਂ ਦੀ ਹਾਰਡ ਕੋਡਡ ਹੈ 5 ਦਿਨਾਂ ਦੀ ਉਹ ਔਰੀਐਂਟੇਸ਼ਨ ਕਰਾਉਂਦੇ ਉਦੇ ਬਰਾਬਰ ਦੇ ਉੱਪਰ ਆਪਾਂ ਜੇਕਰ ਆਪੋਜ਼ਿਟ ਰੱਖੀਏ ਕਿ ਆਪੜੀ ਕੰਪਨੀਆਂ ਜਿਹੜੀਆਂ ਕਹਿ ਲਓ ਉਹ ਕਿੰਨੀ ਕ ਆਰੀਐਂਟੇਸ਼ਨ ਦੇ ਵੱਲ ਧਿਆਨ ਦਿੰਦੀਆਂ ਨੇ ਔਰ ਜੇਕਰ ਉਹ ਲੋਰਸ ਦੇਖਣ ਡਾਊਨ ધ ਲਾਈਨ ਆ ਕੇ ਕਿ ਤੁਸੀਂ ਕੀ ਕੀਤਾ ਤੁਸੀਂ ਜਿਹੜੇ ਕਹਿੰਦੇ ਬੈਸਟ ਟਾਈਮ ਟੂ ਸਟਾਪ ਐਂਡ ਟੂ ਪ੍ਰੀਵੈਂਟ ਐਨ ਐਕਸੀਡੈਂਟ ਇਜ਼ ਬਿਫੋਰ ਇਟ ਹੈਪਨਸ ਕਿ ਤੁਸੀਂ ਪਹਿਲਾਂ ਕੀ ਕੀਤਾ ਇਸ ਐਕਸੀਡੈਂਟ ਨੂੰ ਪ੍ਰੀਵੈਂਟ ਕਰਨ ਲਈ ਔਰ ਜੇ ਜੇ ਉਹਨਾਂ ਨੇ ਦੇਖਿਆ ਕਿ ਹਾਂ ਜੀ ਤੁਸੀਂ ਉਹ ਨਾ ਤਾਂ ਟ੍ਰੇਨਿੰਗ ਕਰਾਈਆਂ ਨੇ ਜਿਹੜੀਆਂ ਕਿ ਸੀਜ਼ਨਲ ਟ੍ਰੇਨਿੰਗ ਮੇ ਵੀ ਹੋ ਸਕਦੀਆਂ ਨੇ ਵਿంటర్ ਡਰਾਈਵਿੰਗ ਦੀ ਟ੍ਰੇਨਿੰਗ ਹੋ ਸਕਦੀਆਂ ਨੇ ਜਾਂ ਕਹੋ ਰਿਮੀਡੀਅਲ ਟ੍ਰੇਨਿੰਗ ਹੋ ਸਕਦੀਆਂ ਨੇ ਕਿਸੇ ਕੋਈ ਸਪੀਡਿੰਗ ਕਰ ਰਿਹਾ ਸੀਗਾ ਉਹਨੂੰ ਟਿਕਟ ਮਿਲੀ ਉਹਦੇ ਉੱਪਰ ਰਿਮੀਡੀਅਲ ਟ੍ਰੇਨਿੰਗ ਕਰਾਈ ਗਈ ਕਿ ਨਹੀਂ ਜੇ ਚਾਰੇ ਚੀਜ਼ਾਂ ਨਹੀਂ ਹੁੰਦੀਆਂ ਤੋਂ ਇੰਸ਼ੋਰੈਂਸ ਵੀ ਆਪਣੇ ਹੱਥ ਛਾੜ ਸਕਦੀ ਹੈ ਕਿ ਦੇਖੋ ਜੋ ਤੁਸੀਂ ਸਾਨੂੰ ਲਿਖ ਕੇ ਦਿੱਤਾ ਸੀ ਜੋ ਤੁਸੀਂ ਸਾਡੇ ਨਾਲ ਟਰਮਸ ਐਂਡ ਕੰਡੀਸ਼ਨਸ ਕੀਤੀਆਂ ਸੀ ਉਹ ਤੁਸੀਂ ਨਹੀਂ ਕੀਤੀਆਂ ਤੋਂ ਇਹਦਾ ਬੜਾ ਬਹੁਤ ਵੱਡਾ ਫਾਇਦਾ ਕਹੋ ਕਿ ਆਊਟ ਆਫ ਦਾ ਬਿਜ਼ਨਸ ਵੀ ਕਰ ਸਕਦਾ ਐ ਇੱਕ ਸਮਾਲ ਐਕਸੀਡੈਂਟ ਕੰਪਨੀਜ਼ ਨੂੰ ਲਗਾਤਾਰ ਦੇ ਪਰ ਟ੍ਰੇਨਿੰਗ 100% ਹੋਣੀ ਚਾਹੀਦੀ ਹੈ ਬਿਲਕੁਲ ਤੇ ਨਹੀਂ ਕਰਵਾਂਦੀਆਂ ਆ ਮੈਂ ਨਹੀਂ ਦੇਖਦਾ ਕਿ ਜਿੰਨੇ ਜਿਸ ਤਰੀਕੇ ਨਾਲ ਕਰਾਉਣੀਆਂ ਚਾਹੁੰਦੀਆਂ ਨੇ ਉਸ ਤਰੀਕੇ ਨਾਲ ਨਹੀਂ ਹੁੰਦੀਆਂ ਇਹਦੇ ਵਿੱਚ ਇੱਕ ਵੱਡਾ ਇੱਕ ਹੋਰ ਮੈਂ ਐਡ ਕਰ ਦਵਾਂ ਇਹਦੇ ਵਿੱਚ ਇੱਕ ਕੈਰੀਅਰ ਸੈਚ ਕਰਕੇ ਜਾਂ ਇਦਾਂ ਦੇ ਆਨਲਾਈਨ ਡਰਾਈਵਿੰਗ ਕਹ ਲੋ ਟ੍ਰੇਨਿੰਗ ਪੋਰਟਲਸ ਨੇ ਉਹ ਕਰਦੇ ਕਿ ਨਹੀਂ ਉਹ ਕਹਿੰਦੇ ਲਈ ਆ ਲੋ ਜੀ ਤੁਹਾਨੂੰ ਅਸੀਂ ਟ੍ਰੇਨਿੰਗ ਅਸਾਈਨ ਕਰ ਦਿੱਤੀਆਂ ਕਰ ਦਿਓ ਉਹ ਬੰਦਾ ਘਰੇ ਆਉਂਦਾ ਆਪਦੀ ਭਤੀਜੀ ਨੂੰ ਕਹਿੰਦਾ ਆ ਪੁੱਤਾ ਚੱਕ ਇਹ ਟ੍ਰੇਨਿੰਗਸ ਕਰ ਦੇ ਤੂੰ ਇਹ ਉਹ ਇਧਰਲੇ ਐਜੂਕੇਟਿਡ ਵੀ ਹੁੰਦੇ ਨੇ ਉਹ ਇੰਗਲਿਸ਼ ਵਗੈਰਾ ਵੀ ਓਕੇ ਹੁੰਦਾ ਵੈਸੇ ਅੱਜਕਲ ਕੈਰੀਅਰ ਸੱਚ ਪੰਜਾਬੀ ਦੇ ਵਿੱਚ ਹੋਈ ਆ ਉਹ ਟ੍ਰੇਨਿੰਗਸ ਕਰ ਲੈਂਦੇ ਨੇ ਹੁਣ ਉਹਦੀ ਭਤੀਜੀ ਜਾਂ ਪੰਜੀ ਨੇ ਟ੍ਰੇਨਿੰਗ ਕੀਤੀਆਂ ਹੁੰਦੀਆਂ ਨੇ ਉਹ ਬੇਸਿਕ ਚੀਜ਼ਾਂ ਦੀ ਨਹੀਂ ਪਤਾ ਪਤਾ ਹੁੰਦੀ ਆ ਉਹਦੇ ਵਿੱਚ ਮੈਂ ਕਈ ਵਾਰ ਡਰਾਈਵਰ ਨੂੰ ਪੁੱਛਦਾ ਯਾਰ ਇਹ yellow ਕਲਰ ਦੇ ਸਾਈਨ ਦਾ ਤੋਂ ਹੁੰਦੇ ਨੇ ਵਾਈ ਨਾਟ ਵਾਈਟ ਵਾਈ yellow ਉਹ ਕਹਿੰਦੀ ਉਹ yellow ਰੰਗ ਦਾ ਸਾਈਨ ਹੁੰਦਾ ਤੇ ਉਹ yellow ਤੇ ਹੁੰਦੇ ਨੇ ਹੁਣ ਇਹ ਛੋਟਾ ਜਿਹਾ ਜਿਹੜੀ ਚੀਜ਼ ਐ ਜਿਵੇਂ ਮੈਂ ਤਨੋਸ਼ ਮਿਲ ਜੇ ਤੇ ਦੱਸਾਂ ਕਿ yellow ਸਾਈਨ ਐ ਕਿ ਆਪ ਕਿ ਅਪਕਮਿੰਗ ਕੀ ਹੈ ਅਦੋਂ ਅੱਗੇ ਕੀ ਆ ਰਿਹਾ ਜੇ yellow ਦਾ ਮਤਲਬ ਹੈ ਕਿ ਅੱਗੇ ਆ ਰਿਹਾ ਕਿ ਰੈਗੂਲੇਸ਼ਨ ਇੱਥੋਂ ਨਹੀਂ ਅਪਲਾਈ ਹੁੰਦੀ ਇਹ ਅੱਗੇ ਤੋਂ ਹੋਣ ਜਾ ਰਹੀ ਹੈ 200 ਮੀਟਰ ਤੋਂ ਤੋ ਜੋ ਨੈਰੋ ਬ੍ਰਿਜ ਹੈ ਜਾਂ ਕੋਈ ਟਰਨ ਹੈ ਜਾਂ ਕੁਝ ਵੀ ਹੈ ਹੁਣ ਇਹ ਜਾਣਕਾਰੀ ਜੇਕਰ ਉਹਦੀ ਭਤੀਜੀ ਕੋਲੇ ਆ ਪੰਜੀ ਕੋਲੇ ਆ ਡਰਾਈਵਰ ਕੋਲ ਨਹੀਂ ਹੈ ਤੋ ਉਹਦੀ ਭਤੀਜੀ ਜਾਂ ਪੰਜੀ ਨੇ ਤਾਂ ਟਰੱਕ ਚਲਾਣਾ ਨਹੀਂ ਟਰੱਕ ਤਾਂ ਡਰਾਈਵਰ ਨੇ ਚਲਾਣਾ ਹੈ ਇਦੋਂ ਵੀ ਅੱਗੇ ਚੱਲ ਕੇ ਇਹ ਵੀ ਹੁੰਦਾ ਹੈ ਕਿ ਕਈ ਬੰਦੇ ਆਪ ਹੀ ਕਰ ਦਿੰਦੇ ਨੇ ਚੱਕ ਕੇ ਠੀਕ ਹੈ ਜੀ ਲੇਕਿਨ ਇਹ ਮੈਂ ਇੱਥੇ ਦੱਸਣਾ ਚਾਹੁੰਦਾ ਇੱਕ ਪੁਆਇੰਟ ਬਹੁਤ ਵੱਡਾ ਮਿਸ ਕਰ ਜਾਂਦੇ ਨੇ ਕਿ ਇਹ ਵਾਲੀ ਜਿਹੜੀ ਆਨਲਾਈਨ ਟ੍ਰੇਨਿੰਗ ਹੁੰਦੀਆਂ ਨੇ ਇਹਦੇ ਵਿੱਚ ਆਈਪੀ ਐਡਰੈਸ ਜਿਹੜਾ ਟ੍ਰੇਨਿੰਗ ਦੇ ਰਿਜ਼ਲਟ ਦੇ ਨਾਲ ਆਉਂਦਾ ਜਿਹੜਾ ਬੈਕਗ੍ਰਾਉਂਡ ਤੇ ਰਹਿੰਦਾ ਅਪਰਫਰੰਟ ਨਹੀਂ ਮਿਲਦਾ ਹੋਰ ਜੇਕਰ ਕੋਈ ਇਨਵੈਸਟੀਗੇਸ਼ਨ ਕੋਈ ਹੋਵੇ ਅੱਛੇ ਤਰੀਕੇ ਨਾਲ ਉਹ ਆਰਾਮ ਨਾਲ ਪਤਾ ਲੱਗ ਜਾਣਾ ਕਿ ਇਹ ਬੰਦਾ ਤਾਂ ਜੀ ਦੇਖੋ ਇਹ ਬੰਦਾ ਤਾਂ ਉਹ ਯੂਐਸਏ 'ਚ ਬੈਠਾ ਸੀਗਾ ਇਹਦੇ ਮੁੱਲੇ ਕਟਕਟ ਜਦੋਂ ਇੰਸ਼ੋਰੈਂਸ ਤੇ ਕਲੇਮ ਦਾ ਚਲੇ ਗਿਆ ਉਸ ਵੇਲੇ ਗੱਲ ਨਿਕਲ ਸਕਦੀ ਹੈ ਬਿਲਕੁਲ 100% ਉਹ ਆਪਣੀ ਬੈਸਟ ਕੋਸ਼ਿਸ਼ ਕਰਨਗੇ ਕਿ ਉਹ ਇਹਦੇ ਤੱਕ ਜਾਣ ਉਹ ਤੱਕ ਜਾਣ ਕੇ ਤੇ ਇਹ ਇਸ ਚੀਜ਼ ਦਾ ਹੀ ਨਹੀਂ ਪਤਾ ਹੁੰਦਾ ਬਹੁਤ ਜਣਿਆਂ ਨੂੰ ਕਿ ਇਹਦਾ ਆਈਪੀ ਐਡਰੈਸ ਇੱਕ ਹੁੰਦਾ ਵਾ ਪਰ ਮੈਂ ਇਹਦੇ ਲਈ ਸਮਝਦਾ ਵੀ ਡਰਾਈਵਰਸ ਨੂੰ ਦੋਸ਼ ਦੇਣ ਦੀ ਬਜਾਏ ਕਿਉਂਕਿ ਉਹਨਾਂ ਤਾਂ ਚਲੋ ਉਹਨਾਂ ਦੇ ਚ ਕਮੀ ਹੋ ਸਕਦੀ ਹੈ ਉਹਨਾਂ ਨੂੰ ਅਵੇਅਰਨੈਸ ਨਾ ਹੋਵੇ ਜੀ ਮੇਨ ਗੱਲ ਜਿਵੇਂ ਤੁਸੀਂ ਕਹਿਆ ਸੀ ਕੰਪਨੀਆਂ ਦਾ ਫਰਜ਼ ਹੈ ਜੀ ਜੀ ਉਹਨਾਂ ਦੇ ਅੰਦਰ ਸਿਸਟਮ ਹੋਇਆ ਇਸ ਤਰ੍ਹਾਂ ਦਾ ਬਿਲਕੁਲ ਦੇਖੋ ਜਿਹੜੇ ਜਿਹੜਾ ਕੰਪਲਾਈਅன்ஸ் ਹੈ ਨਾ ਇਹ ਤਾਂ ਜਿਆਦਾ ਹਿੱਸਾ ਜਿਹੜਾ ਵਾ ਮੈਂ ਕਹਾਂਗਾ 80% ਹਿੱਸਾ ਜਿਹੜਾ এমਪਲੋਇਰ ਦੇ ਪਾਸੋਂ ਆਉਂਦਾ ਹੈ ਹਮਮ ਟ੍ਰਾਈਬਰ ਨੂੰ ਉਸਦਾ ਨਹੀਂ ਪਤਾ ਹੁੰਦਾ ਉਸ ਤਰ੍ਹਾਂ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਨੂੰ ਦਵਾਂਗਾ ਉਹ ਕਲੀਅਰ ਹੋ ਜਾਏਗਾ ਸਰ ਜਿੱਦਾਂ ਆਪਾਂ ਅਲਕੋਹਲ ਨੂੰ ਹਾਲ ਕਰਨ ਦੇ ਪਰਮਿਟਸ ਨੇ ਰਾਈਟ ਹੁਣ ਅਲਕੋਹਲ ਸਟੇਟਸ ਦੇ ਵਿੱਚ ਜਦ ਅਲਕੋਹਲ ਹਾਲ ਕਰ ਹੁੰਦੀ ਆ ਉਹ ਹਰ ਇੱਕ ਸਟੇਟ ਦਾ ਅਲੱਗ-ਅਲੱਗ ਤਰੀਕਾ ਹੈ ਕਿ ਤੁਸੀਂ चुकन वास्ते इतने तो परमिट चाहिए था या इतों की लंघन परमिट चाहिए कुछ स्टेटा ने जितों की लंघन तो परमिट नहीं चाहिए कई जगह लंघन परमिट चाहिए कई जगह परमिट नहीं चाहिए लंघन लिय चाहिए तो हम ड्राइवर है ड्राइवर एक बार शो हो जाता कि परमिट है वो देख ला लेकिन कंपनीज दे कई बार अलकोल हॉलेज की परमिशन नहीं ली होंगी इंश्योरेंस तो अच्छा तो हूँ वो तो उसू नहीं पता ड्राइवर नहीं पता ਰਾਈਟ ਉਹ ਨੇ ਆਪਣੇ ਕਾਗਜ਼ ਦੇਖਣੇ ਨੇ ਜੋ ਉਹਦੇ ਕੋਲ ਹੈ ਹੈ ਪ੍ਰੈਜ਼ੈਂਟ ਹਨ ਤੇ ਉਹਨੇ ਹਾਲ ਕਰਨਾ ਹੁਣ ਜੇਕਰ ਐਕਸੀਡੈਂਟ ਹੁੰਦਾ ਹੈ ਰੱਬ ਨਾ ਕਰੇ ਕਿ ਥੋੜਾ ਖਤਰਨਾਕ ਐਕਸੀਡੈਂਟ ਹੁੰਦਾ ਕੈਟਾਸਟ੍ਰੋਫਿਕ ਹੁੰਦਾ ਹੈ ਤਾਂ ਫਿਰ ਇੰਸ਼ੋਰੈਂਸ ਕਹੇਗੀ ਕਿ ਆਪਣੀ ਜਿਹੜੀ ਗੱਲ ਹੋਈ ਸੀ ਚਾਹੇ ਉਹ ਐਲਕੋਹਲ ਹਾਲੇਜ ਦੀ ਸੀ ਚਾਹੇ ਹੈਜ਼ਮੈਟ ਦੀ ਸੀ ਹੈਜ਼ਮੈਟ ਹੈਜ਼ਰਡਸ ਮਟੀਰੀਅਲ ਜਿਹੜਾ ਆਪਾਂ ਡੇਂਜਰਸ ਗੁੱਡਸ ਮਟੀਰੀਅਲ ਕਹਿੰਦੇ ਆ ਕਿ ਤੁਸੀਂ ਸਾਡੇ ਨਾਲ ਇਹਦੇ ਬਾਰੇ ਸਾਨੂੰ ਪ੍ਰੀਮੀਅਮ ਹੀ ਨਹੀਂ ਦਿੱਤਾ ਇਸ ਦਾ ਤੇ ਇਹ ਸਿਚੁਏਸ਼ਨ ਉਸ ਦੇ ਲਈ ਕਿਵੇਂ ਕਵਰ ਕਰੀਏ ਤੁਹਾਡਾ ਕੋਈ 스ਪਿਲ ਹੋ ਗਿਆ ਹੋਵੇ 스ਪਿਲ ਤਾਂ ਬਹੁਤ ਮੇਜਰ ਹੁੰਦੇ ਨੇ ਤੋਂ ਇਸ ਤਰ੍ਹਾਂ ਦੇ ਨਾਲ ਇਹੋ ਜਿਹਾ ਬਹੁਤ ਸਾਰਾ ਸਮਾਨ ਇਨਫੋਰਮੇਸ਼ਨ ਇਦਾਂ ਨਹੀਂ ਹੁੰਦੀ ਹੈ ਜਿਹੜਾ ਡਰਾਈਵਰ ਨੂੰ ਪਤਾ ਨਹੀਂ ਹੁੰਦੀ ਕਿ ਕਿਉਂਕਿ ਉਹਨੂੰ ਇੱਕ ਐਕਸਪੋਜ਼ ਨਹੀਂ ਕੀਤੀ ਹੁੰਦੀ ਕਿ ਔਰ EMPLOYE ਜਿਹੜਾ ਹੈ ਇੰਸ਼ੋਰੈਂਸ ਤੋਂ ਆਪ ਆਪਣੇ ਪੈਸੇ ਬਚਾਉਣ ਵਾਸਤੇ ਜਾਂ ਉਹ ਗੋਗੋ ਕਲਚਰ ਨੂੰ ਜਿੰਦਾ ਰਹਿਣ ਰੱਖਣ ਵਾਸਤੇ ਉਹ ਇਦਾਂ ਕਰਦੇ ਰਹਿੰਦੇ ਨੇ ਅੱਛਾ ਵੈਸੇ ਉਹ ਜੇ ਸਾਰਾ ਸਿਸਟਮ ਫਾਲੋ ਕਰਨੇ ਹੁਣ ਰੂਲਸ ਜਦੋਂ ਤੁਸੀਂ ਐਡੀ ਵੱਡੀ ਇਨਵੈਸਟਮੈਂਟ ਕਰ ਰਹੇ ਹੋ ਕੰਪਨੀ ਚਲਾ ਰਹੇ ਹੋ ਐਡੀ ਹੈਵੀ ਮਸ਼ੀਨਰੀ ਤੁਸੀਂ ਰੱਖ ਤੁਹਾਡਾ ਕਾਰੋਬਾਰ ਹੈ ਤਾਂ ਜੇ ਮੰਨ ਲਿਆ ਸੇਫਟੀ ਕੰਪਲਾਈਂਸ ਦੇ ਰੂਲਸ ਫਾਲੋ ਕਰਨੇ ਕਿੰਨਾ ਕੁ ਵਾਧੂ ਖਰਚਾ ਹੁੰਦਾ ਹੈ ਇਹ ਕੋਈ ਜਿਆਦਾ ਖਰਚਾ ਨਹੀਂ ਹੁੰਦਾ ਜੀ ਜੇਕਰ ਦੇਖਿਆ ਜਾਏ ਬੰਦੇ ਕੀ ਕਰਦੇ ਨੇ ਕਿ ਉਹ ਕਹੋ ਕਿ ਦਾਨ ਨਹੀਂ ਦਿੰਦੇ ਦੰਡ ਭਰ ਦਿੰਦੇ ਨੇ ਹੂੰ ਕਿ ਇਹ ਇਨਵੈਸਟਮੈਂਟ ਹੈ ਇਹ ਬਹੁਤ ਵੱਡੀ ਇਨਵੈਸਟਮੈਂਟ ਹੈ ਜਿੱਦਾਂ ਤੁਹਾਡੇ ਤੁਸੀਂ ਗਲਵਜ਼ ਪਾਣੇ ਨੇ ਕੰਮ ਕਰਨ ਲੱਗਿਆ ਹੋ ਸਕਦਾ ਤੁਹਾਨੂੰ ਕੰਮ ਦੇ ਵਿੱਚ ਉਹ ਸੱਟ ਨਾ ਲੱਗੇ ਹੂੰ ਹੂੰ ਲੇਕਿਨ ਜਿਹੜੇ ਤੁਸੀਂ ਗਲਵਜ਼ ਦੇ ਉੱਪਰ ਪੈਸੇ ਖਰਚੇ ਨੇ ਉਹ ਤੁਹਾਡੀ ਸੇਫਟੀ ਵੀ ਹੈ ਰਾਈਟ ਉਹ ਤੁਹਾਡਾ ਬਹੁਤ ਇੱਕ ਤਰ੍ਹਾਂ ਕਹਿੰਦਾ ਗਰੰਟੀ ਕਰਦੀ ਹੈ ਇਸ ਚੀਜ਼ ਦੀ ਕਿ ਤੁਹਾਡੇ ਉਸ ਜਗ੍ਹਾ ਦੇ ਉੱਤੇ ਸਟ ਨਹੀਂ ਲੱਗੇਗੀ ਔਰ ਇਹ ਤੁਹਾਡੀ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਹੋ ਜਾਂਦੀ ਹੈ ਤਾਂ ਜਦੋਂ ਵੀ ਆਪਾਂ ਇੱਕ ਤਰ੍ਹਾਂ ਦਾ ਕਹਿੰਦਾ ਨਾ ਟੇਕ ਇਟ ਫॉर ਗਰੰਟੀਡ ਕਰਦੇ ਆ ਕਿ ਨਹੀਂ ਇਹ ਚੀਜ਼ ਰਹਿਣ ਦੋ ਕੋਈ ਗੱਲ ਇਹ ਚੱਲ ਜਾਏਗਾ ਆਪਾਂ ਸਾਰ ਲਾਂਗੇ ਜਾਂ ਫਿਰ ਕੁਕੀ ਕਟਰ ਪਾਲਿਸੀ ਜਿਹਨੂੰ ਇਹ ਕਹਿੰਦੇ ਨੇ ਮੇਰੇ ਅਕਸਰ ਐਮਟੀਓਜ਼ ਜਾਂ ਡੀਓਟਸ ਦਾ ਅਫਸਰਾਂ ਨਾਲ ਗੱਲ ਹੁੰਦੀ ਆ ਆਡਿਟਸ ਦੇ ਵਿੱਚ ਮੈਂ ਥੋੜਾ ਜਿਹਾ ਸ਼ੌਕ ਵੀ ਰੱਖਦਾ ਉਹਨਾਂ ਨਾਲ ਜਾਣਕਾਰੀ ਉਹਨਾਂ ਨਾਲ ਗੱਲਬਾਤ ਕਰਨ ਦਾ ਜਦੋਂ ਕੋਈ ਵੀ ਸਵਾਲ ਆਉਂਦਾ ਮੈਂ ਉਹਨਾਂ ਨੂੰ ਪੁੱਛਾਂ ਤਾਂ ਕਿ ਮੇਰੀ ਔਥੈਂਟਿਕ ਇਨਫੋਰਮੇਸ਼ਨ ਰਹਿ ਸਕੇ ਤੋਂ ਉਹ ਉਹ ਵੀ ਇਹ ਹੀ ਦੱਸਦੇ ਨੇ ਕਿ ਇਹਦੇ ਉੱਪਰ ਖਰਚਾ ਨਹੀਂ ਹੈ ਇਹ ਐਕਚੁਅਲੀ ਇਨਵੈਸਟਮੈਂਟ ਹੈ ਤੁਹਾਡੀ ਹੁਣ ਤੁਸੀਂ ਇੱਕ ਪੀਸ ਆਫ ਮਾਈਂਡ ਕਿੰਨਾ ਬਣੇਗਾ ਤੁਹਾਡਾ ਖੁਦ ਦਾ ਕਿੰਨਾ ਪੀਸ ਆਫ ਮਾਈਂਡ ਬਣੇਗਾ ਡਰਾਈਵਰ ਦਾ ਜਦੋਂ ਦੇਖੇਗਾ ਕਿ ਇਹਦੀ ਜਿਹੜਾ ਹਿਸਟੋਰੀਕਲ ਜਿਹੜੀ ਤੁਸੀਂ ਕਹਿ ਲੋ ਕਿ ਅਪਰੋਚ ਇਸ ਕੰਪਨੀ ਦੀ ਕਿਦਾਂ ਦੀ ਰਹੀ ਹੈ ਤਾਂ ਇਹ ਓਵਰਆਲ ਇਹ ਬਹੁਤ ਹੀ ਬੈਨੀਫੀਸ਼ੀਅਲ ਰਹਿੰਦਾ ਅੰਤ ਐਂਡ ਦੇ ਉੱਪਰ ਜਾ ਕੇ ਲੇਕਿਨ ਉਹਦੇ ਲਈ ਫਿਰ ਉਹੀ ਆਪਾਂ ਨੂੰ ਇੱਕ ਫੋਰਸ ਹੀ ਕਰਨਾ ਪੈਂਦਾ ਆਪਾਂ ਨੂੰ ਪ੍ਰੂਡੈਂਟ ਹੋਣਾ ਪੈਂਦਾ ਆਪਾਂ ਨੂੰ ਦੂਰਦਰਸ਼ੀ ਹੋਣਾ ਪੈਂਦਾ ਇਹ ਦੇ ਲਈ ਕਿ ਇਹਦੇ ਜਿਹੜੇ ਜਿਹੜੇ ਰਿਪਰਕੈਸ਼ਨਸ ਨੇ ਜਿਹਦੇ ਬੈਨੀਫਿਟਸ ਨੇ ਉਹ ਕਿੰਨੇ ਸਾਡੇ ਵਾਸਤੇ ਜੇ ਅਸੀਂ ਨਹੀਂ ਕਰਾਂਗੇ ਕਿ ਇੱਕ ਮੈਂ ਛੋਟੀ ਜੀ ਐਗਜ਼ਾਮਪਲ ਲੇਤੇ ਹਾਂ ਦਦਾ ਜਿੱਦਾਂ ਕਿ ਸਫਾਈ ਵਾਲੇ ਹੁੰਦੇ ਨੇ ਕਰਮਚਾਰੀ ਇੱਕ ਹੁਣ ਇਹਨਾਂ ਦੇ ਇਹ ਅਰਨ ਕੁਝ ਨਹੀਂ ਕਰ ਦੇਗੇ ਹਮਮ ਕੀ ਅਰਨ ਕਰਦੇ ਨੇ ਉਹ ਉਹ ਕੁਝ ਅਰਨ ਨਹੀਂ ਕਰ ਦੇਗੇ ਲੇਕਿਨ ਹੁਣ ਉਹੀ ਸਫਾਈ ਵਾਲਾ ਜਿਹੜਾ ਬੰਦਾ ਹੈ ਉਹ ਬਹੁਤ ਅੱਛੀ ਤਰ੍ਹਾਂ ਹਾਈਜੈਨਿਕ ਤੋਂ ਐਟਮੋਸਫੇਅਰ ਦੇ ਵੇ ਤੁਹਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖੇ ਬਿਲਕੁਲ ਰਾਈਟ ਤੋ ਉਹ ਬਹੁਤ ਵੱਡਾ ਡਾਊਨ ਲਾਈਨ ਦੇ ਕਬਡੀ ਬਿਮਾਰੀ ਜਿਹੜੀ ਹੈ ਉਹਨੂੰ ਉਹ ਅਵੋਇਡ ਕਰ ਦਿੰਦਾ ਬਟ ਇਹਨੂੰ ਅਗੇ ਦੇਖਣ ਵਾਸਤੇ এমਪਲੋਇਰ ਦੀ ਦੂਰਦਰਸ਼ਤਾ ਜਿਹੜੀ ਚਾਹੀਦੀ ਆ ਔਰ ਕਿਤੇ ਨਾ ਕਿਤੇ ਮੈਂ ਵੀ ਕਹਿੰਦਾ ਕਿ ਜਿਹੜੇ EMPLOYES ਨੇ ਉਹ ਵੀ ਇਸ ਚੀਜ਼ ਨੂੰ ਅੱਗੇ ਲਿਆਂ ਆਪਣੀ EMPLOYER ਨਾਲ ਗੱਲ ਕਰਨ ਕਿ ਇਹ ਦੇਖੋ ਸਾਨੂੰ ਇਸ ਤਰ੍ਹਾਂ ਨਾਲ ਇਹ ਜਿਹੜਾ ਇਹ ਦਾ এনवायरमेंट ਸਾਨੂੰ ਇਸ ਤਰ੍ਹਾਂ ਦਾ ਚਾਹੀਦਾ ਸਾਨੂੰ ਇਹ ਸੇਫਟੀ ਅਸੀਂ ਬਾਈਪਾਸ ਨਹੀਂ ਕਰਨੀਗੀ ਅਸੀਂ ਜਿਹੜੇ ਇੰਟਰ ਸਟੇਟ ਲੋਡਸ ਕਰਦੇ ਨੇ ਉਹੋ ਜਿਹੀਆਂ ਚੀਜ਼ਾਂ ਕਰਦੇ ਨੇ ਅਸੀਂ ਉਹ ਨਹੀਂ ਕਰਨੀਆਂ ਹੈਗੀਆਂ ਇਹ ਉਹਨਾਂ ਨੂੰ ਇਹ ਚੀਜ਼ ਦੀ ਆਵਾਜ਼ ਉਠਾਉਣੀ ਚਾਹੀਦੀ ਤੇ ਆਪਣਾ ਕੁਛ ਹੁਣ ਮੈਂ ਦੇਖ ਰਿਹਾ ਸੀ ਮੈਸੇਜਸ ਨੇ ਕਮੈਂਟ ਨੇ ਕਿ ਜੜ ਦੇਸੀ ਟਰੱਕਿੰਗ ਵਾਲੇ ਬੰਦੇ ਐਦਾਂ ਨੇ ਖੈਰ ਇਸੇ ਕਰਕੇ ਅਸੀਂ ਗੱਲਬਾਤ ਕਰ ਰਹੇ ਹਾਂ ਹਮ ਕਿਉਂਕਿ ਅਸੀਂ ਤਾਂ ਦੇਸੀਆਂ ਨੂੰ ਹੀ ਐਡਰੈਸ ਕਰ ਰਹੇ ਹਾਂ ਜੀ ਉਹਨਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਆਪਣਾ ਸਿਸਟਮ ਤੇ ਸਿਸਟਮ ਹਰ ਵਕਤ ਨੂੰ ਠੀਕ ਕਰਨ ਦੀ ਲੋੜ ਹੈ ਸੇਫਟੀ ਐਂਡ ਕੰਪਲਾਈਂਸ ਵੀ ਉਹਦਾ ਪਾਰਟ ਜਿਹਨੇ ਸੇਫਟੀ ਐਂਡ ਕੰਪਲਾਈਂਸ ਕੀਤਾ ਹੋਊਗਾ ਉਹਨੇ ਬਾਕੀ ਸਾਰੇ ਕੰਮ ਵੀ ਕੀਤੇ ਹੋਣਗੇ ਆਫ ਕੌਰਸ ਜਿਹਨੇ ਵਰਕਰ ਦੀਆਂ ਵੇਜਸ ਮਾਰੀਆਂ ਹੋਈਆਂ ਨੇ ਉਹ ਤੋਂ ਫਿਰ ਤੁਸੀਂ ਸੇਫਟੀ ਐਂਡ ਕੰਪਲਾਈਂਸ ਦੀ ਕੀ ਉਮੀਦ ਰੱਖਦੇ ਹੋ ਜੀ ਬਿਲਕੁਲ ਐਂਗਲਿਸ਼ ਦੀ ਇੱਕ ਕਹਾਵਤ ਹੈ ਜੀ ਕਿ ਡੋਨਟ ਚੂ ਵਾਟ ਯੂ ਕੈਨਟ ਸਵਾਲੋ ਤਾਂ ਆਪਣੇ ਬੰਦਿਆਂ ਨੇ ਕਈ ਜਗ੍ਹਾ ਦੇ ਉੱਤੇ ਏਦਾਂ ਕੀਤਾ ਸਪੈਸ਼ਲੀ ਜਿਹੜੇ ਕਰੋਨਾ ਡਿਊਰੇਸ਼ਨ ਦੇ ਦੌਰਾਨ ਸੀਗੇ ਕਿ ਉਹਨਾਂ ਨੇ ਆਪਣੇ ਜਿਹੜੇ ਕਾਰੋਬਾਰ ਨੇ ਉਹ ਬਹੁਤ ਜ਼ਿਆਦਾ ਫਲਰਿਸ਼ ਕਰ ਲਏ ਬਦਾਲੇ ਬਦਾਲੇ ਬਿਨਾ ਉਹਨਾਂ ਜ਼ਿਆਦਾ ਪਲੈਨਿੰਗ ਕੀਤੇ ਤੋਂ ਕਿ ਆਪਣੇ ਵਿੱਚ ਇਹ ਵੀ ਫਿਰ ਜਦੋਂ ਸ਼ਬਦ ਫਰੀ ਮਨੀ ਫਰੀ ਮਨੀ ਨੇ ਫਖਰਾਉ ਕਰਤਾ ਬਹੁਤ ਜ਼ਿਆਦਾ ਜੀ ਉਹ ਪਲਾਨ ਆਪਣੇ ਮੱਦੇ ਬਾਅਦ ਕਰਦੇ ਨੇ ਐਗਜ਼ੀਕਿਊਟ ਪਹਿਲਾਂ ਕਰ ਦਿੰਦੇ ਨੇ ਇਹ ਚੀਜ਼ ਮੈਂ ਅਕਸਰ ਡਿਸਕਸ ਕਰਦਾ ਹਾਂ ਜਦੋਂ ਵੀ ਕਿਤੇ ਗੱਲ ਹੁੰਦੀ ਹੈ ਕਿ ਐਗਜ਼ੀਕਿਊਟ ਬਾਅਦ ਚ ਕਰੀਦਾ ਪਹਿਲਾਂ ਪਲਾਨ ਕਰੀਦਾ ਉਹ ਫਾਈਨੈਂਸ਼ੀਅਲ ਜਦੋਂ ਤੁਹਾਡੇ ਕੋਲੇ ਰਿਸੋਰਸਸ ਆ ਗਏ ਉਹਨੂੰ ਬੜੇ ਧਿਆਨ ਨਾਲ ਤੁਸੀਂ ਦੇਖਣਾ ਸੀ ਵਾਚਣਾ ਸੀਗਾ ਤਕੜੀ ਵੱਟੇ ਰੱਖ ਕੇ ਦੁਕਾਨ ਤੇ ਹਰ ਕੋਈ ਦੁਕਾਨਦਾਰ ਨਹੀਂ ਬਣ ਜਾਂਦਾ ਤੋਂ ਉਹ ਉੱਥੇ ਜਿਹੜੀ ਮਿਸਮੈਨੇਜਮੈਂਟ ਹੋਈ ਹੋਈ ਹੈ ਲੋਕਾਂ ਤੋਂ ਇਸਨੁਸ਼ਠਿਤ ਆਪਣੀ ਅਲੱਗ ਇੱਕ ਤੁਸੀਂ ਕਹਿ ਲਓ ਕਿ ਅਲੱਗ ਚੀਜ਼ ਹੈ ਦੇਖੋ ਉਸ ਜਿਹੜੀ ਉੱਥੇ ਜਿਹੜੀ ਮਿਸਮੈਨੇਜਮੈਂਟ ਲੋਕਾਂ ਤੋਂ ਹੋਈ ਹੋਈ ਆ ਉਸ ਚੀਜ਼ ਨੇ ਸ਼ਮਿਲ ਜੀ ਕੀ ਕੀਤਾ ਕਿ ਜਿਹੜੇ ਲੋਕਾਂ ਦੇ ਜਿੰਨੇ ਐਸੈਟਸ ਫ੍ਰੀ ਹੋਏ ਸੀਗੇ ਉਹ ਐਸੈਟਸ ਉਹਨਾਂ ਦੇ ਦੁਬਾਰਾ ਤੋਂ ਰੀਫਾਈਨਾਂਸ ਕਰਵਾ ਦਿੱਤੇ ਕਿਉਂਕਿ ਜਿਹੜਾ ਕਹਿ ਲਓ ਕਿ ਸਮੀਕਰਨ ਹੈ ਉਹ ਸਹੀ ਨਹੀਂ ਬੈਠ ਰਿਹਾ ਹੁਣ ਕਈ EMPLOYEES ਇਦਾਂ ਦੇ ਵੀ ਨੇ ਜਿਹੜੇ ਜਾਂ ਤਾਂ ਲੇਟ ਕਰ ਰਹੇ ਨੇ ਵੇਜਸ ਨੂੰ ਲੇਟ ਕਰ ਰਹੇ ਨੇ ਜਾਂ ਫਿਰ ਦੇ ਹੀ ਨਹੀਂ ਰਹੇ ਬਹੁਤ ਗਲਤ ਗੱਲ ਹੈ ਇਹ ਕਿਉਂਕਿ ਇੱਕ ਆਪਾਂ ਪੂਰੀ ਇੱਕ ਕਲ ਕੌਮ ਨੂੰ ਰਿਪਰੈਜ਼ੈਂਟ ਕਰਦੇ ਆ ਉਹ ਜਿਹੜੀ ਚੀਜ਼ ਹੈ ਉਹ ਉਹਦੇ ਜਿਹੜੇ ਇਫੈਕਟਸ ਨੇ ਉਹ ਮਲਟੀਫੈਸਿਟਿਡ ਹੁੰਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿ ਵੀ ਕਮਰਸ ਨੂੰ ਧੱਕਾ ਆਪਣੇ ਇਸ ਚੀਜ਼ ਦਾ ਲੱਗ ਸਕਦਾ ਸੋ ਬੇਸਿਕਲੀ ਜਿਹੜੀ ਮੈਨੂੰ ਗੱਲ ਸਮਝ ਆਈ ਤੁਹਾਡੀ ਕਿ ਸਿੰਪਲੀ ਕੰਪਨੀਆਂ ਦੇ ਅੰਦਰ ਅਵੇਅਰਨੈਸ ਦਾ ਇੱਕ ਅੱਛਾ ਵਰਕ ਕਲਚਰ ਅੱਛਾ ਇੱਕ ਬਿਜ਼ਨਸ ਕਲਚਰ ਉਹ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਬਿਲਕੁਲ ਤੇ ਜਿਹੜਾ ਇਹ ਰੱਖੇਗਾ ਉਹ ਬਾਕੀ ਕੰਮ ਵੀ ਠੀਕ ਕਰ ਲੇਗਾ ਕਿਉਂਕਿ ਉਹਦੀ ਹੈਬਿਟ ਜਿਵੇਂ ਸਫਾਈ ਦੀ ਤੁਸੀਂ ਗੱਲ ਕੀਤੀ ਹੈ ਹਮ ਆਫ ਕੋਰਸ ਹਾਂਜੀ ਉਹਦੇ ਵਿੱਚ ਦੇਖੋ ਅਰਨਿੰਗ ਨਹੀਂ ਆ ਉਹਦੇ ਵਿੱਚ ਸੇਵਿੰਗ ਹੈ ਸੇਮ ਚੀਜ਼ ਸੇਫਟੀ ਐਂਡ ਕੰਪਲਾਈਂਸ ਦੇ ਵਿੱਚ ਤੁਹਾਨੂੰ ਅਰਨਿੰਗ ਨਹੀਂ ਨਜ਼ਰ ਆਏਗੀ ਕਿ ਮੈਂ ਇਸ ਬੰਦੇ ਨੂੰ ਕਿਸ ਚੀਜ਼ ਦੇ ਪੈਸੇ ਦੇ ਰਿਹਾ ਹਾਂ ਲੇਕਿਨ ਜਿਹੜੇ ਉਹਦੀ ਸੇਵਿੰਗ ਹੈ ਡਾਊਨ ਦਾ ਲਾਈਨ ਉਹ ਬਹੁਤ ਹੀ ਵੱਡੀ ਹੈ ਮੈਂ ਇੱਕ ਚੀਜ਼ ਇਹ ਤੁਹਾਨੂੰ ਹੋਰ ਐਡ ਕਰਨਾ ਚਾਹਾਂਗਾ ਇੱਥੇ ਕਿ ਇੱਕ ਜੀ ਐਚ ਐਸ ਸੀ ਕਮੇਟੀ ਹੁੰਦੀ ਹੈ ਜੁਆਇੰਟ ਹੈਲਥ ਐਂਡ ਸੇਫਟੀ ਕਮੇ ਯਾ ਵੀਦੋ ਉੱਪਰ EMPLOYEES ਹੋ ਜਾਂਦੇ ਨੇ ਹੁਣ ਇੱਕ ਡਰਾਈਵਰਿੰਗ ਕੀ ਚੀਜ਼ ਐ ਅਲੱਗ ਚਰਚਾ ਦਾ ਵਿਸ਼ਾ ਹੈ ਤੇ ਜੇਕਰ ਵੀ ਜਬੀ ਤੋਂ ਉੱਪਰ EMPLOYEES ਹੋ ਜਾਂਦੇ ਨੇ ਜਾਂ ਜਿਹੜੇ ਵਰਕਰਸ ਨੇ ਉਹ ਟੌਕਸਿਕ ਯਕੈ ਲੋਕੀ ਐਕਸਪੋਜ਼ ਨੇ ਜਿਆਦਾ ਡੇਂਜਰਸ ਐਨਵਾਇਰਨਮੈਂਟ ਤੇ ਜਾਂ ਕਈ ਸਪੈਸ਼ਲ ਕੇਸਸ ਦੇ ਵਿੱਚ ਜਿਹੜੀ ਮਿਨਿਸਟਰੀ ਆਫ ਲੇਬਰ ਐ ਉਹ ਵੀ ਇੰਪੋਜ਼ ਕਰ ਸਕਦੀ ਆ ਕਿ ਕਿ ਤੁਹਾਡੇ ਕੋਲੇ ਸਿਫਟ ਜੁਆਇੰਟ ਹੈਲਥ ਐਂਡ ਸੇਫਟੀ ਕਮੇਟੀ ਹੋਣੀ ਚਾਹੀਦੀ ਆ ਉਸ ਦੇ ਵਿੱਚ ਉਸ ਦਾ ਕੰਮ ਕੀ ਹੁੰਦਾ ਕਿ ਇੱਕ ਅੱਛੇ ਸੇਫ ਸੇਫਟੀ ਕਲਚਰ ਨੂੰ ਫਾਸਟਰ ਕਰਨਾ ਪ੍ਰੋਪਰਲੀ ਚਾਹੇ ਉਹ ਬੈਕਐਂਡ ਆਫਿਸ ਦੇ ਵਿੱਚ ਹੋਵੇ ਚਾਹੇ ਉਹ ਰੋਡ ਦੇ ਉੱਤੇ ਹੋਵੇ ਹੁਣ ਰੋਡ ਦੇ ਉੱਤੇ ਫਾਸਟਰ ਕਰਨ ਲਈ ਸਭ ਤੋਂ ਬੈਸਟ ਜਿਹੜਾ ਤੁਸੀਂ ਕਹ ਲਓ ਆਪਾਂ ਡਰਾਈਵਰਸ ਨੇ ਜਿਹੜਾ ਆਪਣਾ ਐਸੈਟ ਹੈ ਉੱਥੇ ਉਹ ਡਰਾਈਵਰਸ ਦਾ ਉਸ ਕਮੇਟੀ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ ਜੇਕਰ ਡਰਾਈਵਰ ਉਸ ਜੋਇੰਟ ਐਂਡ ਹੈਲਥ ਸੇਫਟੀ ਕਮੇਟੀ ਦਾ ਪਾਰਟ ਨਹੀਂ ਹੈ ਤੋ ਉਹ ਉਹ ਤੁਹਾਡੀ ਜੀਐਚਐਸਸੀ ਕਮੇਟੀ ਉਹ ਨਾ ਕੰਮ ਨਹੀਂ ਕਰ ਸਕੇਗੀ ਕਿਉਂਕਿ ਤੁਹਾਨੂੰ ਨੌਲੇਜ ਫਰੋਮ ਦਾ ਹੌਰਸ ਮਾਉਥ ਜਿਹੜੀ ਐਕਚੁਅਲ ਇਨਫੋਰਮੇਸ਼ਨ ਗਰਾਉਂਡ ਲਾਈਨ ਤੋਂ ਮਿਲਣੀ ਹੈ ਉਹ ਤੁਹਾਨੂੰ ਨਹੀਂ ਮਿਲ ਸਕੇਗੀ ਤੋ ਜੇਕਰ ਡਰਾਈਵਰ ਉੱਥੇ ਆੜ ਉਹ ਉਹ ਪਾਠ ਹੋਣ ਉਸ ਦਾ ਜਿਹੜਾ ਔਰ ਆਪਣੀ ਗੱਲ ਉੱਥੇ ਰੱਖਣ ਕਿ ਕੀ ਕੀ ਸਾਨੂੰ ਮਿਸ ਹੋ ਰਿਹਾ ਕੀ ਕੀ ਚਾਹੀਦਾ ਹੈ ਕੀ ਕੀ ਵਧੀਆ ਤਰੀਕੇ ਨਾਲ ਹੋ ਸਕਦਾ ਵਾ ਤੋ ਇਸ ਤਰ੍ਹਾਂ ਨਾਲ ਇੱਕ ਓਵਰਆਲ ਕਹ ਲੋ ਕਿ 올 ਰౌండెਡ ਅਪਰੋਚ ਜਿਹੜੀ ਹੈ ਉਹ ਅਪਣਾਈ ਜਾਵੇ এমপ্লয়ੀਜ਼ ਦੇ ਦੁਆਰਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਇੱਕ ਪੈਰਾਡਾਈਮ ਸ਼ਿਫਟ ਵਧੀਆ ਤਰੀਕ ਪਾਸਿਬਲ ਦੇ ਸਕਦੇ ਹਾਂ ਨੋਲੇਜ ਮਤਲਬ ਉਦਾਂ ਦੀ ਗੱਲ ਹੀ ਹੈ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖੋਗੇ ਤਾਂ ਨੁਕਸਾਨ ਤੇ ਤੁਹਾਡਾ ਹੀ ਅਲਟੀਮੇਟਲੀ ਆਫ ਕர்ஸ் ਜਿਵੇਂ ਜੇ ਆਪਣੀ ਗੱਡੀ ਦੇ ਧਿਆਨ ਨਾ ਰੱਖੋ ਤਾਂ ਤੁਹਾਡੀ ਗੱਡੀ ਤੁਹਾਡੀ ਖਰਾਬ ਹੋਏਗੀ ਕਿਸੇ ਨਾ ਕਿਸੇ ਵੇਲੇ ਤੁਹਾਨੂੰ ਤੁਹਾਡੇ ਲਈ ਮੁਸੀਬਤ ਖੜਾ ਖੜੀ ਕਰੇਗੀ ਜਾਂ ਤੁਹਾਡਾ ਖਰਚਾ ਹੋਏਗਾ ਆਫ ਕர்ஸ் ਤੋ ਇਸੇ ਤਰ੍ਹਾਂ ਓਵਰਆਲ ਅਸੀਂ ਆਪਣੀ ਕੰਪਨੀਜ਼ ਦੇ ਵਿੱਚ ਸੇਫਟੀ ਐਂਡ ਕੰਪਲਾਈਂਸ ਨੂੰ ਜੇ ਇੰਪੋਰਟੈਂਸ ਦਿੰਦੇ ਆ ਤਾਂ ਹੈ ਹੀ ਤੇ ਫਾਇਦਾ ਕੰਪਨੀ ਓਨਰਜ਼ ਆਈਏ ਚ ਬਿਲਕੁਲ ਜੀ ਬਟ ਇੱਕ ਫਾਇਦਾ ਜਿਹੜਾ ਦੇਖਣ ਵਾਸਤੇ ਉਹਨਾਂ ਨੂੰ ਫਿਰ ਉਹ ਥੋੜੀ ਦੂਰਦਰਸ਼ਤਾ ਜਿਹੜੀ ਆ ਹੁਣ ਹੀ ਬਹੁਤ ਲਾਜ਼ਮੀ ਹੈ ਮੈਂ ਜਿਹੜੇ ਇੱਥੇ ਐਨਾਲੋਜੀ ਤੁਹਾਨੂੰ ਦਿੱਤੀ ਸੀਗੀ ਇੱਕ ਸਫਾਈ ਕਰਮਚਾਰੀ ਦੀ ਕਿ ਕਿੱਦਾਂ ਉਹ ਡਾਊਨ ધ ਲਾਈਨ ਹੈਲਥ ਦੇ ਨਾਲ ਕਨੈਕਟਡ ਆ ਉਹ ਸੇਮ ਚੀਜ਼ ਇੱਥੇ ਸੇਫਟੀ ਐਂਡ ਕੰਪਲਾਈਂਸ ਦਾ ਜਿਹੜਾ ਕੰਮ ਹੈ ਜੇਕਰ ਇਸ ਚੀਜ਼ ਨੂੰ ੈਂਪਲੋਇਰ ਦੇਖ ਲੈਂਦੇ ਨੇ ਔਰ ਅੰਡਰਸਟੈਂਡ ਕਰਦੇ ਨੇ ਤੇ ਮੈਂ ਇਹ ਕਲਦੀ ਵੀ ਗਰੰਟੀ ਕਰ ਸਕਦਾ ਕਿ ਜਿਹੜੇ ਐਕਸੀਡੈਂਟਸ ਨੇ ਰੋਡਸਾਈਡ ਐਕਸੀਡੈਂਟਸ ਨੇ ਉਹ ਬਹੁਤ ਘਟ ਜਾਣਗੇ ਕਿਉਂਕਿ ਜਿਹੜਾ ਦਿਮਾਗ ਹੈ ਉਹ ਕognitive ਲੋਡ ਹੈ ਉਹ ਡਰਾਈਵਰ ਸੁਚੱਕਿਆ ਜਾਏਗਾ ਇੱਕ ਐਗਜ਼ਾਮਪਲ ਮੈਂ ਇਥੇ ਦੇ ਦਵਾ ਜਿਹੜੇ ਆਪਣੇ ਹੰਬੋਲਟ ਟ੍ਰੈਜੇਡੀ ਹੋਈ ਸੀ 2018 April 6 6th of April ਹੰਬੋਲਟ ਅਰਮਲੀ ਕਰਕੇ ਪਿੰਡ ਜਿਹੜਾ ਹੈ ਸਸਕੈਸ਼ਨ ਆਪਣੇ ਪ੍ਰੋਵੈਂਸ ਦੇ ਵਿੱਚ ਉਹਦੇ ਵਿੱਚ ਕੀ ਹੋਇਆ ਸੀ ਜਿਹੜਾ ਟ੍ਰੈਲਰਸ ਸਟਾਕ ਸੀਗਾ ਉਹ ਦੋ ਟ੍ਰੇਲਰ ਹਾਲ ਕਰਦਾ ਪਿਆ ਸੀਗਾ ਔਰ ਉਹਨੇ ਸਟਾਪ ਸਾਈਨ ਮਿਸ ਕੀਤਾ ਔਰ ਬਾਸ ਜਿਹੜੀ ਆ ਉਹਦੇ ਵਿੱਚ ਵਜੀ ਸੀ ਹੁਣ ਅਲੱਗ-ਅਲੱਗ ਸਟੱਡੀਜ਼ ਅਲੱਗ-ਅਲੱਗ ਕਹੀ ਜਾਂਦੇ ਜੋ ਡਰਾਈਵਰ ਨੇ ਕਿਹਾ ਕਿ ਉਹ ਕਹਿੰਦਾ ਕਿ ਮੇਰੇ ਜਿਹੜੇ ਤਾਰਪ ਸੀਗਾ ਮੇਰੇ ਟ੍ਰੇਲਰ ਦੇ ਉੱਤੇ ਮੈਨੂੰ ਉਹ ਚੀਜ਼ ਨੇ ਮੈਨੂੰ ਵੇਵਰ ਕਰ ਦਿੱਤਾ ਇਸ ਮੇਰਾ ਧਿਆਨ ਪਰ ਜਿਹੜਾ ਮੇਰੇ ਮੇਰੀ ਆਬਜ਼ਰਵੇਸ਼ਨ ਹੈ ਉਹ ਹੈ ਕognitive load ਕਿ ਕੀ ਪਤਾ ਉਸ ਦੇ ਕਿਸ ਤਰ੍ਹਾਂ ਦੇ ਜਿਹੜੇ ਜਿਹੜੇ ਹਾਲਾਤ ਦਿਮਾਗ ਦੇ ਉੱਤੇ ਛਾਏ ਹੁਣ ਕੋਈ ਜੌਬ ਦਾ ਚੱਕਰ ਹੋ ਸਕਦਾ ਹੈ ਕੋਈ ਪੇ ਨਾ ਦਿੱਤੇ ਕੋਈ ਵਰਕ ਪਰਮਿਟ ਪੀਆਰ ਦਾ ਵਰਕ ਪਰਮਿਟ ਪੀਆਰ ਦਾ ਤਾਂ ਉਹ ਚੀਜ਼ ਜਿਹੜੇ ਨਾ ਮੈਂ ਇਹੀ ਕਹਿਣਾ ਹੁੰਦਾ ਕਿ ਜਦੋਂ ਪਾਲਿਸੀ ਬਣੇ ਨਾ ਡਰਾਈਵਰ ਦੀ ਪਾਲਿਸੀ ਬਣੇ ਤਾਂ ਡਰਾਈਵਰ ਦਾ ਨਾਮ ਉਹਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਤੁਸੀਂ ਡਰਾਈਵਰ ਇੱਕ ਪਾਲਿਸੀ ਬਣਾ ਦਿੰਦੇ ਹੋ ਤੇ ਚ ਡਰਾਈਵਰ ਉਹ ਸ਼ਬਦੀ ਨਹੀਂ ਵਰਤਿਆ ਜਾਂਦਾ ਤਾਂ ਉਹ ਕਿੰਨੀ ਕਾਮਯਾਬ ਹੋਏਗੀ ਤਾਂ ਉਹ ਲੋਡ ਜਿਹੜਾ ਕಾಗ್ਨੀਟਿਵ ਲੋਡ ਆ ਉਹਨੂੰ ਈਜ਼ ਕਰਨ ਵਾਸਤੇ employer ਨੂੰ ਆਪਣੇ ਜਿਹੜੇ ਨੇ ਉਹ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਹਿ ਲੋ ਕਿ ਜਿਹੜੇ ਐਫਰਟਸ ਜਿਹੜੇ ਕਰਨੇ ਚਾਹੀਦੇ ਨੇ ਗਵਰਨਮੈਂਟ ਨੂੰ ਵੀ ਇਹਦੇ ਵਿੱਚ ਪ੍ਰੋਪਰ ਇਨਪੁਟ ਆਉ ਦਾ ਪਾਣਾ ਚਾਹੀਦਾ ਕਿ ਜੇਕਰ ਕੁਝ ਐਦਾਂ ਦੀ ਕੰਪਨੀਆਂ ਨੇ ਜਿਹੜੀਆਂ ਬਹੁਤ ਅੱਛਾ ਇਹਦੇ ਵਿੱਚ ਸੇਫਟੀ ਕੰਪਲਾਈਂਸ ਕਰ ਰਹੀਆਂ ਨੇ ਉਹਨਾਂ ਲਈ ਸਪੈਸ਼ਲ ਰੈਕਗਨਿਸ਼ਨ ਸਪੈਸ਼ਲ ਰਿਵਾਰਡ ਜਿਹੜੇ ਨੇ ਉਹਨਾਂ ਵਾਸਤੇ ਰੱਖੇ ਜਾਣ ਤਾਂ ਕਿ ਉਹ ਇੱਕ ਐਗਜ਼ਾਮਪਲ ਬਣ ਸਕਣ ਦੂਸਰੀ ਟ੍ਰাকিং ਕੰਪਨੀਆਂ ਲਈ ਬਹੁਤ ਅੱਛਾ ਜੀ ਬਹੁਤ ਅੱਛਾ ਕਿਉਂਕਿ ਬੜੀ ਇੰਪੋਰਟੈਂਟ ਚੀਜ਼ ਹੈ ਇਹਦਾ ਸੰਬੰਧ ਤਾਂ ਸਾਡੀ ਸਭ ਦੀ ਸੇਫਟੀ ਨਾਲ ਹੈ ਆਫ ਕোর্স ਟ੍ਰাকিং ਕੰਪਨੀਆਂ ਦੀ ਸ ਡਰਾਈਵਰ ਦੀ ਸੇਫਟੀ ਨਾਲ ਹੈ ਤੇ ਫਿਰ ਜਿਹੜੇ ਬਾਕੀ ਲੋਕ ਨੇ ਸੜਕਾਂ ਤੇ ਤੁਰੇ ਫਿਰਦੇ ਬਿਲਕੁਲ ਜੀ ਉਹਨਾਂ ਸਭ ਦੀ ਸੇਫਟੀ ਹੈ ਓਵਰਆਲ ਜਿਹੜੇ ਉਹਨਾਂ ਦੇ ਲਾਰਜਰ ਇੰਟਰਸਟ ਨੇ ਉਹ ਇਹੀ ਹੈ ਕਿ ਜਿਹੜੀਆਂ ਸਾਡੀਆਂ ਕੰਪਨੀਆਂਜ਼ ਨੇ ਹਾਂਜੀ ਉਹ ਐਨੀਆਂ ਕਿ ਮਤਲਬ ਬੈਲ ਆਰਗੇਨਾਈਜ਼ਡ ਹੋਣ ਜੀ ਕਿਉਂ ਜਿਹੜੀਆਂ ਵੀ ਰੈਗੂਲੇਸ਼ਨਸ ਨੇ ਜੀ ਉਹਨਾਂ ਨੂੰ ਉਹਨਾਂ ਨੂੰ ਫਾਲੋ ਕਰਨ ਦਾ ਉਹਨਾਂ ਚ ਸਿਸਟਮ ਹੋਏ ਕੋਈ ਜੀ ਜੀ ਇਹਦਾ ਇੱਕ ਨਜ਼ਰੀਆ ਹਰ ਇੱਕ ਦਾ ਕਹਲੋ ਕਿ ਅਲੱਗ ਰਹਿੰਦਾ ਐਕਸੀਡੈਂਟ ਨੂੰ ਦੇਖਣ ਦਾ ਇੱਕ ਐਕਸੀਡੈਂਟ ਆਪਣੇ ਜੇ ਮਿਲ ਜੀ ਤੁਹਾਨੂੰ ਸ਼ਾਇਦ ਯਾਦ ਹੋਵੇ 2013-14 ਦੇ ਵਿੱਚ ਹੋਇਆ ਸੀ ਜਦੋਂ ਉਹ ਹਾਈ ਬ੍ਰਿਜ ਦੇ ਉੱਪਰ ਡੰਪ ਟਰੱਕ ਆ ਰਿਹਾ ਸੀ ਕਿਸੇ ਨੇ ਹੁਣ ਇੱਕ ਤਾਂ ਇਹ ਹੋ ਗਿਆ ਕਿ ਇੱਕ ਡੰਪ ਟਰੱਕ ਹਾਈ ਬ੍ਰਿਜ ਦੇ ਵਿੱਚ ਵਾਜ ਗਿਆ ਸੀ ਇੱਕ ਤਾਂ ਐਡੀਕ ਗੱਲ ਹੋ ਗਈ ਲੇਕਿਨ ਹੁਣ ਉਹਦਾ ਜਿਹੜਾ ਕਮਰਸ ਦਾ ਤੱਕਾ ਲੱਗਾ ਹੈ ਜਿਹੜਾ ਰੌ ਮਟੀਰੀਅਲ ਉਥੋਂ ਆਣਿਆ ਸੀ ਜਿਹੜੀਆਂ ਕਨਵੇਅਰ ਬੈਲਟਾਂ ਚੱਲਣੀਆਂ ਸੀਗੀਆਂ ਵੇਅਰ ਹਾਊਸੇਸ ਦੇ ਵਿੱਚ ਔਰ 3 ਘੰਟੇ ਦਾ ਉੱਥੇ ਕੰਪਲੀਟ ਜੈਮ ਇੱਕ ਹੁੰਦਾ ਨਾ ਕਿ ਮੂਵਿੰਗ ਜੈਮ ਮੂਵਿੰਗ ਜੈਮ ਇਤਨੇ ਘੰਟੇ 4 ਘੰਟੇ ਦਾ ਕੰਪਲੀਟ ਜੈਮ ਲੱ ਉਸ ਦੇ ਵਿੱਚ ਤੁਸੀਂ ਇੰਡਸਟਰੀ ਨੂੰ ਤੱਕਾ ਕਿੱਡਾ ਲੱਗਾ ਹੋਏਗਾ ਇਹ ਸੋਚ ਕੇ ਦੇਖੋ ਬਿਲੀਅਨਸ ਆਫ ਡਾਲਰਸ ਦਾ ਸਿਸਟਮ ਮੰਨ ਜਾਂਦਾ ਹੈ ਕਿਉਂਕਿ ਆਫਟਰ ਆਲ ਤੇ ਆਪਣੀ ਕੰਟਰੀ ਜਿਹੜੀ ਹੈ ਉਹ ਕਹ ਲੋ ਕਿ ਆਪਣੇ ਇੰਟਰਸਟ ਨੇ ਉਦਾਂ ਦੇ ਹੀ ਜਿੱਦਾਂ ਦੇ ਜੇਕਰ ਉਹ ਫਾਈਨੈਂਸ਼ਲੀ ਸਟਰੋਂਗ ਹੈ ਤਾਂ ਆਪਾ ਫਾਈਨੈਂਸ਼ਲੀ ਸਟਰੋਂਗ ਹੈ ਬਿਲਕੁਲ ਬਿਲਕੁਲ ਲਾਈਕ ਪੇ ਟੈਕਸ ਐਂਡ ਬੀ ਰੇਟ ਔਰ ਦੂਸਰੇ ਪਾਸੇ ਮੈਂ ਇੱਕ ਵਾਰ ਰੇਡੀਓ ਦੀ ਕਮਰਸ਼ੀਅਲੀ ਸੁਣ ਰਿਹਾ ਸੀਗਾ ਜਿਹਦੇ ਵਿੱਚ ਉਹ ਕੋਈ ਬੀਬੀਸੀ ਉਹ ਕਹ ਰਹੇ ਸੀ ਕਿ ਉਹ ਐਕਸੀਡੈਂਟ ਹੋ ਗਿਆ ਤੇ ਮੈਂ ਚੂੜੀਆਂ ਬਣਵਾ ਲਿਆ ਹੂੰ ਤੇ ਕਿੇ ਵੀ ਹੋ ਬਰੋਜਾ ਕਿ ਜਿਸ ਕਿ ਜਿਸ ਦਾ ਐਕਸੀਡੈਂਟ ਕੋਈ ਹੋਇਆ ਸੀਗਾ ਤੇ ਉਹਨੂੰ ਵੀ ਮੈਨੀਪੂਲੇਟ ਕਰ ਦਿੱਤਾ ਕਿ ਮੈਂ ਚੂੜੀਆਂ ਬਣਾ ਰਿਹਾ ਜੀ ਕਲੇਮ ਲੈ ਲਿਆ ਕਲੇਮ ਲੈ ਲਿਆ ਵੱਡਾ ਤੁਸੀਂ ਜੀ ਫਲਾਣੇ ਕੋਲੇ ਜਾਓ ਤੇ ਉੱਥੇ ਤੁਹਾਨੂੰ ਆਹ ਚੂੜੀਆਂ ਭੈਣ ਦੇ ਉੱਥੋਂ ਬਣਵਾ ਲੀਆਂ ਤਾਂ ਮੈਂ ਹੈਰਾਨ ਹੋਇਆ ਦੇਖ ਕੇ ਮੈਂ ਕਿਹਾ ਯਾਰ ਇਹ ਇਹ ਇਸ ਤਰ੍ਹਾਂ ਦੀ ਅਪਰੋਚ ਵੀ ਹੁੰਦੀ ਹੈ ਐਕਸੀਡੈਂਟ ਦੇ ਵਾਰੀ ਕਿ ਚੂੜੀਆਂ ਬਣਵਾਉਣੀਆਂ ਨੇ ਐਕਸੀਡੈਂਟ ਤੇ ਹੂੰ ਤੇ ਇਹ ਕੁਝ ਹੁੰਦਾ ਹੈ ਨਾ ਮਾਰਕੀਟਸ ਇਹ ਚੀਜ਼ਾਂ ਸਮਝਣ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਨਾਲ ਇਹ ਹੈਲਪ ਹੋਏਗੀ ਆਪਣੇ ਫਿਊਚਰ ਵਿੱਚ ਕਿਉਂਕਿ ਆਪਾਂ ਆਪਾਂ ਨਹੀਂ ਜੀ ਰਹੇ ਆਪਣੇ ਅਗਲੀਆਂ ਜਨਰੇਸ਼ਨਸ ਵੀ ਆਉਣੀਆਂ ਨੇ ਜਨਰੇਸ਼ਨ ਨੇ ਕਿਹਾ ਕਿ ਪਪਾ ਤੁਸੀਂ ਕੀ ਕਰਦੇ ਸੀ ਨਹੀਂ ਬਹੁਤ ਜ਼ਰੂਰੀ ਹੈ ਜੀ ਦੀ थे थैंक यू ਤੁਸੀਂ ਇਸ ਚੀਜ਼ ਨੂੰ ਹਾਈਲਾਈਟ ਕਰਨ ਲਈ ਉਮੀਦ ਹੈ ਸਾਡੀਆਂ ਜੜੀਆਂ ਬਿਜ਼ਨਸ ਕਰਨ ਵਾਲੇ ਨੇ ਖਾਸ ਕਰਕੇ ਸਾਡੀਆਂ ਟਰੰਕਿੰਗ ਟਕਿੰਗ ਕੰਪਨੀਆਂਸ ਇਹਦੇ ਵੱਲ ਧਿਆਨ ਦੇਣ ਗਿਆ ਇਹ ਕੋਈ ਬਹੁਤਾ ਖਰਚੇ ਵਾਲਾ ਕੰਮ ਹੈ ਨਹੀਂ ਸਿਰਫ ਤੇ ਸਿਰਫ ਕਲਚਰ ਤੇ ਸੋਚ ਬਦਲਣ ਵਾਲੀ ਗੱਲ ਹੈ ਆਫ ਕர்ஸ் ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸ਼ੁਕਰੀਆ ਜੀ ਜੀ थैंक यू so much for having me on the